ਹੈਲੋ ਗਾਇਸ ਵੈਲਕਮ ਟੂ ਟੈਕ ਬਜ਼ਰ ਐਜੂਕੇਸ਼ਨਲ ਪਲੈਟਫਾਰਮ ਮਾਈ ਨੇਮ ਇਜ਼ ਕਰਨ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪ ਨੇ ਇਸ ਐਜੂਕੇਸ਼ਨਲ ਪਲੈਟਫਾਰਮ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਕਰੰਟ ਅਫੇਅਰਸ ਜੋ ਕਿ ਮਈ 1 ਤੋਂ ਲੈ ਕੇ ਜੀ ਮਈ 5 ਤੱਕ ਦੇ ਹੋਣਗੇ ਠੀਕ ਹੈ ਜੀ ਸੋ ਇਹਨਾਂ ਨੂੰ ਆਪਾਂ ਐਮਸੀਕਿਊ ਦੀ ਫਾਰਮ ਵਿੱਚ ਕਰਾਂਗੇ ਐਂਡ ਇਹ ਜੋ ਕਰੰਟ ਅਫੇਅਰਸ ਹਨ ਇਹ ਐਂਟੀਟੀ ਨਾਇਬ ਤਹਿਸੀਲਦਾਰ ਪਟਵਾਰੀ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਠੀਕ ਹੈ ਐਂਡ ਜੇਲ ਗਾਰਡਨ ਲਈ ਵੀ ਹੈਲਪਫੁਲ ਹਨ ਠੀਕ ਹੈ ਜੀ ਤਾਂ ਐਂਟੀਟੀ 393% ਦਾ ਪੇਡ ਕੋਰਸ ਹੈ ਜੀ ਆਪਣਾ ਅਤੇ ਇਸ ਵਿੱਚ ਇੱਕ ਨਵੀਂ ਫੈਸਿਲਿਟੀ ਐਡ ਕੀਤੀ ਗਈ ਹੈ ਤੁਹਾਨੂੰ ਤੁਸੀਂ ਅਗਰ 10 ਦੇ 10 ਸਬਜੈਕਟਸ ਦੀ ਕੋਰਸ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਐਪਲੀਕੇਸ਼ਨ ਟੈਟ ਬਜ਼ਾਰ ਤੇ ਅਵੇਲੇਬਲ ਹੈ ਠੀਕ ਹੈ ਜੀ ਤਾਂ ਤੁਸੀਂ ਸਿੰਪਲੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੈ ਜਿਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਤਾਂ ਉੱਥੋਂ ਤੁਹਾਨੂੰ ਇਹ ਕੋਰਸ ਮਿਲ ਜਾਏਗਾ ਠੀਕ ਹੈ ਸੋ ਵੱਧਦੇ ਹਾਂ ਜੀ ਆਪਾਂ ਆਪਣੀ ਸਲਾਈਡ ਦੇ ਵੱਲ ਸੋ ਆਪਣਾ ਅੱਜ ਦਾ ਫਰਸਟ ਕੁਐਸਚਨ ਹੈ on june 01 2021 who was appointed as the 21st director general of assam awesome rifles ta jo assam rifles hai theek hai ta unna da jo 21wa director general wajon kis nu niyukt kita gaya hai ta is da right answer hai ji pradeep chandran nayar theek hai pradeep chandran nayar to is tasveer vich dekh sakde ho ta inna nu assam rifles da 21wa director general ghoshit kita gaya hai ਅਤੇ ਜੋ ਅਸਮ ਰਾਈਫਲਸ ਹੈ ਸਭ ਤੋਂ ਪੁਰਾਣੀ ਸੈਨਿਕ ਟੁਕੜੀ ਬਣਾਈ ਗਈ ਸੀ ਠੀਕ ਹੈ ਸਭ ਤੋਂ ਪੁਰਾਣਾ ਬਣਾਇਆ ਗਿਆ ਸੀ 1835 ਵਿੱਚ ਠੀਕ ਹੈ 1835 ਵਿੱਚ ਤਾਂ ਇਸ ਦਾ ਜੋ ਅਸਮ ਰਾਈਫਲਸ ਨਾਮ ਪਿਆ ਜੀ ਇਸ ਦਾ ਨਾਮ ਬਾਅਦ ਵਿੱਚ ਪਿਆ ਨਾਮ ਇਸ ਤੋਂ 1917 ਵਿੱਚ ਪਿਆ ਪਹਿਲਾਂ ਬ੍ਰਿਟਿਸ਼ ਰਾਜ ਦੇधीन ਇਸ ਦਾ ਨਾਮ ਕੋਈ ਹੋਰ ਸੀ ਠੀਕ ਹੈ 1835 ਵਿੱਚ ਬਣਾਈ ਗਈ 1917 ਵਿੱਚ ਜਿਸ ਦਾ ਨਾਮ ਅਸਮ ਰਾਈਫਲਸ ਪਿਆ ਅਤੇ ਅਸਮ ਰਾਈਫਲਸ ਦੇ ਹੈੱਡਕੁਆਟਰ ਕਿੱਥੇ ਹਨ ਇਮਫਾਲ ਦੇ ਵਿੱਚ ਠੀਕ ਹੈ ਮਨੀਪੁਰ ਦੀ ਰਾਜਧਾਨੀ ਇਮਫਾਲ ਦੇ ਵਿੱਚ ਇਸ ਦੇ ਹੈੱਡਕੁਆਟਰਸ ਹਨ ਠੀਕ ਹੈ ਤਾਂ ਆਪਣਾ ਸੈਕੰਡ ਕੁਐਸਚਨ ਵੀ ਕਾਫੀ ਵਧੀਆ ਕੁਐਸਚਨ ਹੈ ਤਾਂ ਵਾਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ ਮੈਡਲ ਟੈਲੀ ਆਫ ਦਾ ਏਸ਼ੀਅਨ ਮੈਨਸ ਐਂਡ ਵੂਮਨਸ ਬੌਕਸਿੰਗ ਚੈਂਪੀਅਨਸ਼ਿਪਸ ਠੀਕ ਹੈ ਜੋ ਕਿ 2021 ਵਿੱਚ ਦੁਬਈ ਵਿੱਚ ਹੋਈਆਂ ਸੀ 21 ਤੋ ਲੈ ਕੇ 31 ਮਈ ਦੇ ਵਿੱਚ ਤਾਂ ਇਹ ਜੋ ਬਾਕਸਿੰਗ ਚੈਂਪੀਅਨਸ਼ਿਪ ਹੋਈ ਸੀ ਇਹ ਪਹਿਲੇ ਨਿਊ ਦਿੱਲੀ ਵਿੱਚ ਹੋਣੀ ਸੀ ਪਰ ਫਿਰ ਇਹ ਸ਼ਿਫਟ ਕਰਕੇ ਕਿੱਥੇ ਹੋ ਗਈ ਜੀ ਦੁਬਈ ਵਿੱਚ ਜਾਨੀ ਯੂਏਈ ਦੇ ਵਿੱਚ ਹੀ ਸ਼ਿਫਟ ਹੋ ਗਈ ਹੈ ਠੀਕ ਹੈ ਜੀ ਤਾਂ ਇਸ ਵਿੱਚ ਜੋ ਇੰਡੀਆ ਦੀ ਓਵਰਆਲ ਰੈਂਕ ਹੈ ਉਹ ਹੈ ਜੀ 3rd ਠੀਕ ਹੈ ਫਸਟ ਹੈ ਜੀ ਉਜ਼ਬੇਕਿਸਤਾਨ ਐਂਡ ਇੰਡੀਆ ਦੀ ਹੈ ਜੀ ਰੈਂਕ 3rd ਤਾਂ ਇੰਡੀਆ ਨੇ ਇਸ ਵਿੱਚ 15 ਮੈਡਲ ਜਿੱਤੇ ਹਨ ਠੀਕ ਹੈ 15 ਮੈਡਲ ਜਿੱਤੇ ਹਨ ਦੋ 골ਡ ਦੋ 골ਡ ਕਿਸ ਨੇ ਜਿੱਤੇ ਹਨ ਮੈਨਸ ਵਿੱਚ ਸੰਜੀਤ ਸਿੰਘ ਠੀਕ ਹੈ 91 केजी दी श्रेणी ਵਿੱਚ ਐਂਡ ਊਮਨਸ ਵਿੱਚ ਪੂਜਾ ਰਾਣੀ 75 केजी दी श्रेणी ਵਿੱਚ ਠੀਕ ਹੈ ਇਹਨਾਂ ਨੇ ਜਿੱਤੇ ਹੈ ਜੀ 골ਡ ਮੈਡ ਠੀਕ ਹੈ ਅਤੇ 2 골ਡ 5 সিলਵਰ ਐਂਡ 8 ਬ੍ਰਾਂਜ਼ ਜਿੱਤੇ ਹੈ ਜੀ ਇੰਡੀਆ ਦੇ ਖਿਡਾਰੀਆਂ ਨੇ ਠੀਕ ਹੈ ਤਾਂ ਟੋਕੀਓ 올림픽 ਤੋਂ ਪਹਿਲਾਂ ਇਹ ਇੱਕ ਰਿਹਰਸਲ ਦੀ ਤਰ੍ਹਾਂ ਉਹਨਾਂ ਦੀ ਕਾਫੀ ਪ੍ਰੈਕਟਿਸ ਹੋਈ ਹੈ ਠੀਕ ਹੈ ਜਿੱਤੇ ਕਾਫੀ ਵਧੀਆ ਇੰਡੀਆ ਨੇ ਪਰਫਾਰਮ ਵੀ ਕੀਤਾ ਤੇ ਓਵਰਾਲ 3rd ਪੋਜੀਸ਼ਨ ਹਾਸਲ ਕੀਤੀ ਹੈ ਠੀਕ ਹੈ ਜੀ ਤਾਂ ਐਮਸੀ ਮੈਰੀਕੋਮ ਕਿਉਂਕਿ ਮਨੀਪੁਰ ਤੋਂ ਹਨ ਐਮ ਸੀ ਮੈਰੀਕੋਮ ਤਾਂ ਇਹਨਾਂ ਨੇ ਵਾਰੀ ਜਿੱਤਿਆ ਹੈ ਜੀ ਇਸ ਪ੍ਰਯੋਗਿਤਾ ਦੇ ਵਿੱਚ ਸਿਲਵਰ ਅਵਾਰਡ ਠੀਕ ਹੈ ਸਿਲਵਰ ਅਵਾਰਡ ਜਿੱਤਿਆ ਹੈ ਜੀ ਐਮ ਸੀ ਮੈਰੀਕੋਮ ਠੀਕ ਹੈ ਤੇ ਐਮ ਸੀ ਮੈਰੀਕੋਮ ਦੀ ਬੁੱਕ ਕਿਹੜੀ ਹੈ ਜੀ ਅਨਬ੍ਰੇਕੇਬਲ ਠੀਕ ਹੈ ਅਨਬ੍ਰੇਕੇਬਲ ਇਹਨਾਂ ਦੀ ਬੁੱਕ ਹੈ ਜੀ ਐਮ ਸੀ ਮੈਰੀਕੋਮ ਅਨਬ੍ਰੇਕੇਬਲ ਠੀਕ ਹੈ ਜੀ ਸੋ ਦੈਨ ਆਪਣਾ ਥਰਡ ਕੁਐਸਚਨ ਹੈ ਬ੍ਰਿਕਸ ਬਾਰੇ ਤਾਂ ਬ੍ਰਿਕਸ ਤੁਸੀ ਸਾਰੇ ਜਾਣੂ ਹੀ ਹੋਵੋਗੇ ਜੀ Brazil, Russia, India, China and South Africa South Africa ਲਾਸਟ ਤੇ ਹੈ ਕਿਉਂਕਿ South Africa ਨੇ ਸਭ ਤੋਂ ਲਾਸਟ ਤੇ ਇਸ ਨੂੰ ਜੁਆਇਨ ਕੀਤਾ South Africa ਨੇ ਇਸ ਨੂੰ December 2010 ਵਿੱਚ ਜੁਆਇਨ ਕੀਤਾ ਠੀਕ ਹੈ ਜੀ ਤਾਂ ਬ੍ਰਿਕਸ ਬ੍ਰਿਕਸ ਜੋ ਹੈ 2009 ਦਾ ਐਕਟਿਵ ਹੈ ਠੀਕ ਹੈ ਅਤੇ South Africa ਨੇ 2010 December ਵਿੱਚ ਇਸ ਨੂੰ ਜੁਆਇਨ ਕੀਤਾ ਅਤੇ Shanghai China ਦੇ ਵਿੱਚ ਇਸ ਦੇ ਹੈਡਕਵਰਟਰ ਹਨ ਕਿੱਥੇ Shanghai ਚਾਈਨਾ ਦੇ ਵਿੱਚ ਠੀਕ ਹੈ ਤਾਂ ਇਸ ਦੀ ਜੋ ਫੋਰਨ ਮਨਿਸਟਰਸ ਦੀ ਮੀਟਿੰਗ ਹੋਈ ਸੀ ਜੀ 1 ਜੂਨ ਨੂੰ ਠੀਕ ਹੈ ਤਾਂ ਉਸ ਵਿੱਚ ਪਾਰਟ ਵੀ ਲਿਆ ਅਤੇ ਪ੍ਰਧਾਨਗੀ ਵੀ ਕੀਤੀ ਜੋ ਆਪਣੇ ਫੋਰਨ ਮਨਿਸਟਰ ਹਨ ਐਸ ਜੈ ਸ਼ੰਕਰਤਾ ਐਸ ਜੈ ਸ਼ੰਕਰ ਸਾਹਿਬ ਨੇ ਆਪਣੀ ਇਸ ਬ੍ਰਿਕਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਠੀਕ ਹੈ ਜੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਈ ਡਬਲਯੂ ਜੀ ਦੀ ਮੀਟਿੰਗ ਹੋਈ ਮੀਟਿੰਗ ਹੋਈ ਸੀ ਬ੍ਰਿਕਸ ਦੀ ਤਾਂ ਬ੍ਰਿਕਸ ਦੀ ਜੋ ਇਸ ਵਾਰ ਦੀ ਮੀਟਿੰਗ ਹੋ ਰਹੀ ਹੈ ਇੰਡੀਆ ਹੋਸਟ ਕਰ ਰਿਹਾ ਠੀਕ ਹੈ ਜੀ ਵਰਚੂਅਲੀ ਯਾਨੀ ਮੀਟਿੰਗ ਹੋ ਰਹੀ ਹੈ ਜੀ ਔਨਲਾਈਨ ਮੀਟਿੰਗ ਹੋ ਰਹੀ ਹੈ ਠੀਕ ਹੈ ਅਤੇ ਇੰਡੀਆ ਇਸ ਵਾਰੀ ਸਾਰੀ ਮੀਟਿੰਗਸ ਦੀ ਪ੍ਰਧਾਨਗੀ ਕਰ ਰਿਹਾ ਹੈ ਠੀਕ ਹੈ ਜੀ ਸੋ ਇਹ ਆਪਣੇ ਦੇਸ਼ਾਂ ਜੀ ਬ੍ਰਿਕਸ ਦੇਸ਼ ਠੀਕ ਹੈ ਇਹ ਉੱਪਰ ਵਾਲਾ ਹੈ ਜੀ ਰਸ਼ੀਆ ਆਹ ਹੈ ਜੀ ਚਾਈਨਾ ਠੀਕ ਹੈ ਇਹ ਹੈ ਜੀ ਆਪਣਾ ਇੰਡੀਆ ਐਂਡ ਇਹ ਹੈ ਜੀ ਸਾਊਥ ਅਫਰੀਕਾ ਐਂਡ ਥਿਸ ਇਜ਼ ਬ੍ਰਾਜ਼ੀਲ ਠੀਕ ਹੈ ਤਾਂ ਇਹ ਹੈ ਜੀ ਬ੍ਰਿਕਸ ਦੇਸ਼ ਠੀਕ ਹੈ ਸਭ ਤੋਂ ਉਮਰ ਉਪਰ ਦੀਆਂ ਕੰਟਰੀਜ਼ ਕਹਿ ਸਕਦੇ ਹਾਂ ਆਪਾਂ ਨੂੰ ਐਂਡ ਕਾਫੀ ਐਨਪੀ ਜੀਡੀਪੀ ਕਾਫੀ ਹੈ ਇਹਨਾਂ ਦੀ ਮਿਲਾ ਕੇ ਟਿਕਨ ਆਪਣਾ 4ਥ ਕੁਐਸਚਨ ਹੈ ਜੀ ਤਾਂ ਵੇਅਰ ਇਜ਼ ਆਫਨ ਡਿਸਕਸਡ T2 ਆਈਲੈਂਡ ਤਾਂ ਇਹ ਜੋ T2 ਆਈਲੈਂਡ ਹੈ ਇਹ ਕਿੱਥੇ ਹੈ ਠੀਕ ਹੈ ਤਾਂ ਜੋ ਚਾਈਨਾ ਹੈ ਇਹ ਸਾਊਥ ਚਾਈਨਾ ਸੀ ਦੇ ਵਿੱਚ ਠੀਕ ਹੈ ਸਾਊਥ ਚਾਈਨਾ ਸੀ ਚਾਈਨਾ ਦੇ ਮੈਪ ਦੇ ਕੋਲ ਠੀਕ ਹੈ ਸੀ ਹੈ ਜਿੱਥੇ ਉਸਦੇ ਪੜੋਸੀ ਦੇਸ਼ ਫਿਲੀਪੀਨਸ ਠੀਕ ਹੈ ਵੀਅਤਨਾਮ ਐਵੇਂ ਕਾਫੀ ਸਾਰੇ ਕਿ ਦੇਸ਼ਾਂ ਅਤੇ ਚਾਈਨਾ ਜੋ ਉਹਨਾਂ ਦੇ ਸਾਗਰਾਂ ਤੇ ਵੀ ਆਪ ਦਾ ਅਧਿਕਾਰ ਦੱਸਦਾ ਹੈ ਅਤੇ ਉਹਨਾਂ ਦੇ ਜੋ ਆਈਲੈਂਡਸ ਹਨ ਉੱਥੇ ਵੀ ਜਿਵੇਂ ਹਾਥੀਟੂ ਆਈਲੈਂਡ ਹੈ ਇੱਥੇ ਚਾਈਨਾ ਨੇ ਅਵੈਧ ਕਬਜ਼ਾ ਕੀਤਾ ਹੋਇਆ ਹੈ ਅਵੈਧ ਕਬਜ਼ਾ ਚਾਈਨਾ ਨੇ ਕੀਤਾ ਹੋਇਆ ਹੈ ਠੀਕ ਹੈ ਜੀ ਤਾਂ ਇਹ ਕਾਫੀ ਅੱਖਿਆ ਹੋਇਆ ਮੁੱਦਾ ਰਹਿੰਦਾ ਹੈ ਜੀ ਸਾਊਥ ਚਾਈਨਾ ਸੀ ਦੇ ਵਿੱਚ ਠੀਕ ਹੈ ਥੈਨ ਆਪਣਾ 5th ਕੁਐਸਚਨ ਹੈ ਤਾਂ ਇਹ ਵੀ ਕਾਫੀ ਵਧੀਆ ਕੁਐਸਚਨ ਹੈ ਤਾਂ ਵਾਟ ਇਜ਼ ਦਾ ਨੇਮ 기ਵਨ ਬਾਈ ਵਰਲਡ ਹੈਲਥ ਆਰਗੇਨਾਈਜੇਸ਼ਨ WHO2 B1.617.2 variant of COVID-19 ਠੀਕ ਹੈ which is found first time in India ਤਾਂ ਆਪਾਂ ਜੋ ਕਹਿ ਰਹੇ ਸੀ ਅੱਜ ਕੱਲ ਇੰਡੀਆ ਵਾਇਰਸ ਠੀਕ ਹੈ ਇੰਡੀਆ ਵਾਇਰਸ ਤਾਂ ਇੰਡੀਆ ਵਾਇਰਸ ਨਹੀਂ ਹੁਣ ਕਹਿਣਾ ਤਾਂ WHO ਨੇ ਉਸ ਦਾ ਨਾਮ ਬਦਲ ਕੇ ਕੀ ਕਰ ਦਿੱਤਾ ਹੈ ਜੀ ਡੈਲਟਾ ਵਾਇਰਸ ਠੀਕ ਹੈ ਇੰਡੀਆ ਦਾ ਵਾਇਰਸ ਜੋ ਹੈ ਉਸ ਦਾ ਨਾਮ ਕੀ ਹੈ ਜੀ ਹੁਣ ਜੋ ਜਿਸ ਕਰਕੇ ਕਰੋਨਾ ਦੀ ਸੈਕਿੰਡ ਲਹਿਰ ਆਈ ਹੈ ਤਾਂ ਉਸ ਦਾ ਹੁਣ ਨਾਮ ਕੀ ਹੋ ਗਿਆ ਜੀ ਡੈਲਟਾ ਵਾਇਰਸ ਠੀਕ ਹੈ ਡੈਲਟਾ ਵਾਇਰਸ ਕਿ ਤੇ ਇੱਥੇ ਆਪਾਂ ਲਿਸਟ ਵੇਖ ਸਕਦੇ ਹਾਂ α ਵਾਇਰਸ B1 17 ਠੀਕ ਹੈ ਯੂਨਾਈਟਿਡ ਕਿੰਗਡਮ ਚ ਜਿਸ ਨੂੰ ਆਪਾਂ UK ਵਾਇਰਸ ਕਹ ਰਹੇ ਸੀ ਠੀਕ ਹੈ ਅਤੇ β ਵਾਇਰਸ ਜੋ ਕਿ ਸਾਊਥ ਅਫਰੀਕਾ ਚ ਆਪਾਂ ਨੂੰ ਮਿਲਿਆ ਸੀ B1 351 ਠੀਕ ਹੈ ਤੇ P1 ਜੋ ਕਿ γ ਵਾਇਰਸ ਕਹਿ ਸਕਦੇ ਹਾਂ ਆਪਾਂ ਉਸ ਦਾ ਨਾਮ ਹੁਣ ਸਾਰੇ ਚੇਂਜ ਕਰ ਦਿੱਤੇ ਨੇ WHO ਨੂੰ ਸੋ ਇਹ ਇੱਕ ਵਧੀਆ ਪਹਿਲ ਵੀ ਹੈ ਠੀਕ ਹੈ ਕਿਉਂਕਿ ਵਾਇਰਸ ਜੋ ਹੈ ਆਪਦੇ ਆਪ ਨੂੰ ਬਦਲਦਾ ਰਹਿੰਦਾ ਹੈ ਹਰ ਰੈਗੂਲਰ ਤੌਰ ਤੇ ਠੀਕ ਹੈ एंड इंडिया का वायरस जो है बी वन सिक्स वन सैवन टू एन टी टी का पेड ग्रुप लैन ली ठीक है एंड पी डी एफ लैन लिपली टेट पजर एप्लीकेशन इंस्टॉल करना है जानकारी लिए अपने इस नंबर पर कॉन्टैक्ट कर सकते दैन अपना सिक्स क्वेश्चन है कि वू हैज रीसेंटली बीन अवार्डिड बाय डबल्यू एच ओ फॉर एफर्ट्स इन ਤੰਬਾਕੂ ਕੰਟਰੋਲ ਤਾਂ ਆਪਾਂ ਸਭ ਨੇ ਵੇਖਿਆ ਸੀ ਕਿ 31 ਮਈ ਨੂੰ ਮਨਾਇਆ ਜਾਂਦਾ ਹੈ ਜੀ ਤੰਬਾਕੂ ਦਿਵਸ ਠੀਕ ਹੈ ਤਾਂ ਜੋ ਡਾਕਟਰ ਹਰਸ਼ਵਰਧਨ ਸਿੰਘ ਨੇ ਸਿਹਤ ਅਤੇ ਪਰਿਵਾਰ ਭਲਾਈ ਠੀਕ ਹੈ ਮੰਤਰੀ ਤਾਂ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਹੈ ਜੀ WHO ਵੱਲੋਂ ਠੀਕ ਹੈ ਤਾਂ ਕਿ ਉਹਨਾਂ ਨੇ ਉਹਨਾਂ ਨੇ ਤੰਬਾਕੂ ਕੰਟਰੋਲ ਕੀਤਾ ਅਤੇ ਉਹਨਾਂ ਨੇ ਈ ਸਿਗਰਟ ਤੇ ਬੈਨ ਲਗਾਇਆ ਜੀ ਭਾਰਤ ਵਿੱਚ ਠੀਕ ਹੈ ਈ ਸਿਗਰਟ ਤੇ ਭਾਰਤ ਵਿੱਚ ਬੈਨ ਕਿਸ ਨੇ ਲਗਾਇਆ ਤਾਂ ਡਾਕਟਰ ਹਰਸ਼ਵਰਧਨ ਸਿੰਘ ਜੀ ਨੇ ਈ ਸਿਗਰਟ ਤੇ ਭਾਰਤ ਵਿੱਚ ਬੈਨ ਲਗਾਇਆ ਠੀਕ ਹੈ ਜੀ ਤਾਂ ਉਹਨਾਂ ਨੂੰ ਅਪਰੀਸ਼ੀਏਟ ਕਰਨ ਲਈ WHO ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਠੀਕ ਹੈ ਸੋ ਦੈਨ ਆਪਣਾ 7th ਕੁਐਸਚਨ ਹੈ ថា ਵਿਚ ਕੰਪਨੀ ਹੈਜ਼ ਰੀਸੈਂਟਲੀ ਪਲਾਨਡ ਟੂ ਬ੍ਰਿੰਗ ਦਾ బిਗੇਸਟ IPO ਆਫ 3 ਬਿਲੀਅਨ US ਡਾਲਰ ថា3 ਬਿਲੀਅਨ ਜੋ US ਡਾਲਰ ਦਾ IPO ਕੌਣ ਲੈਣ ਕੌਣ ਲਿਆਉਣ ਵਾਲੀ ਕੌਣ ਕੰਪਨੀ ਬਣੇਗੀ ថា Paytm ਬਣੇਗੀ ਠੀਕ ਹੈ ਜੀ ਤਾਂ IPO ਜਦੋਂ ਵੀ ਕਿਸੇ ਕੰਪਨੀ ਦਾ ਮਾਰਕੀਟ ਵਿੱਚ ਆਂਦਾ ਹੈ ਤਾਂ ਆਪਾਂ ਨੂੰ ਉਸ ਕੰਪਨੀ ਦੇ ਸ਼ੇਅਰਸ ਦੇ ਬਾਰੇ ਪਤਾ ਲੱਗਦਾ ਹੈ ਠੀਕ ਹੈ ਉਸ ਕੰਪਨੀ ਦੀ ਜੋ ਪੂਰੀ ਕੀਮਤ ਹੈ ਉਹ ਮਾਰਕੀਟ ਵਿੱਚ ਖੁੱਲ ਜਾਂਦੀ ਹੈ ਠੀਕ ਹੈ ਤਾਂ ਜੋ ਕਿਹਾ ਜਾ ਰਿਹਾ ਹੈ ਕਿ 3 ਬਿਲੀਅਨ US ਡਾਲਰ ਇਹ Paytm ਦੀ ਕੰਪਨੀ ਦੀ ਪੂਰੀ ਕੀਮਤ ਹੋਏਗੀ ਠੀਕ ਹੈ ਤਾਂ ਇਸ ਦੇ ਸ਼ੇਅਰਸ ਲੋਕੀ ਲੈ ਸਕਣਗੇ ਠੀਕ ਹੈ ਤਾਂ ਜੋ Paytm ਹੈ ਇਸ ਦੇ ਹੈੱਡਕੁਆਟਰ ਹਾਂਜੀ ਨੋਇਡਾ ਉੱਤਰ ਪ੍ਰਦੇਸ਼ ਦੇ ਵਿੱਚ ਠੀਕ ਹੈ ਅਤੇ ਇਸ ਦੀ ਜੋ ਪੇਰੈਂਟ ਕੰਪਨੀ ਹੈ ਇਸ ਨੂੰ ਪੇਟੀਐਮ ਨੂੰ ਕਿਸ ਨੇ ਖਰੀਦਾ ਹੋਇਆ ਹੈ 197 ਕਮਿਊਨੀਕੇਸ਼ਨਸ ਨੇ ਪੇਟੀਐਮ ਨੂੰ ਖਰੀਦਿਆ ਹੋਇਆ ਹੈ ਠੀਕ ਹੈ ਜੀ ਅਤੇ ਜੋ ਵਿਜੇ ਸ਼ੇਖਰ ਸ਼ਰਮਾ ਜੀ ਹਨ ਇਹ ਇਸ ਦੇ ਫਾਊਂਡਰ ਹਨ ਕਿਸ ਦੇ ਫਾਊਂਡਰ ਹਨ ਪੇਟੀਐਮ ਦੇ ਠੀਕ ਹੈ ਪੇਟੀਐਮ ਦੇ ਫਾਊਂਡਰ ਵਿਜੇ ਸ਼ੇਖਰ ਸ਼ਰਮਾ ਠੀਕ ਹੈ ਜੀ ਥੈਨ ਆਪਣਾ 8th ਕੁਐਸਚਨ ਹੈ ਰੀਸੈਂਟਲੀ ਹੂ ਹੈਜ਼ बिकॉम द फस्ट फीमेल सैक्रेटरी ऑफ द यूनाइट स्टेट्स आर्मी यूनाइटिड स्टेट्स आर्मी की जो फस्ट वीमेन सैक्रटरी बनी है तो उन्होंने अपना नाम दसना है द क्रिश्चिन वारमाउ ठीक है क्रिश्चिन वारमाउ जो कि फस्ट फीमेल सैकटरी है जी यूनाइट स्टेट्स की आर्मी की ठीक है तो यूनाइट स्टेट्स की आर्मी जो कि दुनिया की सब तो तकड़ी आर्मी कही जा सकती है तो उसकी एक हैड बनाई गई है जी क्रिश्चियन वारमाउथ ठीक है सैक्रेटरी बनाई गई यू एस बारे गल करिए तो प्रेजिडेंट हन जो बाइडन ठीक है इन्ही दोताबं लिख लेंडिया किताबा ने प्रोमिस मी डैड एंड प्रोमिस टू कीप ठीक है फोर्टी सिक्स प्रेजिडेंट हन ठीक है प्रोमिस मी डैड एंड प्रोमिस टू कीपताबं जरूर नोट कर लो ठीक है बुक्स एंड ओथर तो क्वेश्चन बन सकता है ठीक है एंड यू एस दैपिटल आप सब पता है वॉशिंगटन डीसी ठीक है तो जिथे ਜੋ ਵਰਲਡ ਬੈਂਕ ਹੈ ਉਸਦਾ ਹੈੱਡਕੁਆਰਟਰ ਵੀ ਵਾਸ਼ਿੰਗਟਨ ਡੀਸੀ ਦਾ। ਗੱਲ ਆਪਣਾ 9th ਕੁਐਸਚਨ ਦੀ ਗੱਲ ਕਰ ਲੈਣੇ ਹਾਂ ਸੋ ਇੱਕ ਹੋਰ ਵਾਇਰਸ ਖਬਰਾਂ ਵਿੱਚ ਚੱਲ ਰਿਹਾ ਹੈ ਠੀਕ ਹੈ ਜੀ। ਰੀਸੈਂਟਲੀ ਇਨ ਵਿਚ ਕੰਟਰੀ ਦਾ ਫਰਸਟ ਕੇਸ ਆਫ ਬਰਡ ਫਲੂ ਇਨਫੈਕਸ਼ਨ ਇਨ ਹਿਊਮਨਸ ਵਾਸ ਫਾਊਂਡ? ਤਾਂ ਜੋ ਬਰਡ ਫਲੋ ਬਰਡ ਫਲੂ ਇੱਕ ਕੇਸ ਆਇਆ ਰੀਸੈਂਟਲੀ ਚਾਈਨਾ ਦੇ ਵਿੱਚ ਕਿ ਜੋ ਬਰਡ ਫਲੂ ਹੈ ਇੱਕ ਬੰਦੇ ਨੂੰ ਹੋਇਆ ਜੀ। ਤਾਂ ਬਰਡ ਫਲੂ ਹਿਊਮਨ ਦੇ ਵਿੱਚ ਟਰਾਂਸਮਿਟ ਹੋਇਆ ਤਾਂ ਇਹ ਜੋ ਵਾਇਰਸ ਹਿਊਮਨ ਵਿੱਚ ਟਰਾਂਸਫਰਟ ਹੋਇਆ ਜੀ ਇਸ ਦਾ ਕੀ ਕਿਹੜਾ ਵਾਇਰਸ ਸੀ ਜੀ H10N3 ਠੀਕ ਹੈ H10N3 ਜੋ ਰੀਸੈਂਟਲੀ ਕੇਸ ਮਿਲਿਆ ਹੈ ਜੀ ਚਾਈਨਾ ਦੇ ਵਿੱਚ ਠੀਕ ਹੈ ਉਹ ਬੰਦਾ ਬਿਮਾਰ ਹੋਇਆ ਅਤੇ ਉਸਨੇ ਟੈਸਟ ਕਰਾਇਆ ਤਾਂ ਇਸ ਨੂੰ ਉਸ ਨੂੰ H10N3 ਵਾਇਰਸ ਮਿਲਿਆ ਠੀਕ ਹੈ ਪਰ ਉਹ ਬਿਮਾਰ ਸੀਗਾ ਠੀਕ ਹੈ ਬਟ ਉਹ ਜਲਦੀ ਹੀ ਰਿਕਵਰ ਹੋ ਗਿਆ ਤੇ ਆਪਦੇ ਘਰੇ ਵਿੱਚ ਚਲਾ ਗਿਆ ਠੀਕ ਹੈ ਪਰ ਇੱਕ ਕੰਸਰਨ ਤਾਂ ਹੋ ਗਿਆ ਜੀ ਸਾਰੇ ਦੇਸ਼ਾਂ ਨੂੰ ਠੀਕ ਹੈ ਅਤੇ ਕਾਫੀ ਡਿਸਕਸ ਹੋ ਰਿਹਾ ਹੈ ਜੀ ਚਾਈਨਾ ਬਾਰੇ ਠੀਕ ਹੈ ਤੇ ਜੋ ਮੋਸਟ ਡੇਂਜਰਸ ਜੋ ਕਿ ਏਵੀਅਨ ਇਨਫਲੂਐਂZA ਏਵੀਅਨ ਇਨਫਲੂਐਂZA ਲਿਖਿਆ ਆ ਜਾਏ ਠੀਕ ਹੈ ਜਾਂ ਬਰਡ ਫਲੂ ਲਿਖਿਆ ਆ ਜਾਵੇ ਇੱਕੋ ਹੀ ਗੱਲ ਹੁੰਦੀ ਹੈ ਜੋ ਏਵੀਅਨ ਇਨਫਲੂਐਂZA ਜਬ ਬਰਡ ਫਲੂ ਹੈ ਮੋਸਟ ਡੇਂਜਰਸ ਜੋ ਕਿ ਇਤਿਹਾਸ ਵਿੱਚ ਮੰਨਿਆ ਗਿਆ ਹੈ ਉਹ ਹੈ ਜੀ H5N1 ਠੀਕ ਹੈ H5N1 ਜੋ ਕਿ ਬਰਡਸ ਤੋਂ ਫੈਲਦਾ ਹੈ ਜੀ ਮਨੁਸ਼ਿਆ ਦੇ ਵਿੱਚ ਠੀਕ ਹੈ ਤਾਂ H5N1 ਇਹ ਬਰਡ ਫਲੂ ਕਾਫੀ ਖਤਰਨਾਕ ਸੀ ਠੀਕ ਹੈ ਜੀ ਸੋ ਦੈਨ ਆਪਣਾ 10th ਕੁਐਸਚਨ ਹੈ ਤਾਂ ਰੀਸੈਂਟਲੀ ਬਾਈ ਵੂਮ ਦਾ ਵਰਲਡਸ ਫਰਸਟ ਨੈਨੋ ਯੂਰੀਆ ਬੀਨ ਲਾਂਚਡ ਬਾਈ ਫॉर ਦਾ ਫਾਰਮਰਸ ਤਾਂ ਯੂਰੀਆ ਆਪਾਂ ਦੇਖਦੇ ਸੀ ਯੂਰੀਆ ਖਾਦ ਹੁੰਦੀ ਸੀ ਠੀਕ ਹੈ ਤਾਂ ਹੁਣ ਬਣਾਇਆ ਗਿਆ ਹੈ ਜੀ ਨੈਨੋ ਯੂਰੀਆ ਤਾਂ ਇਹ ਜੋ ਹੈ ਨੈਨੋ ਯੂਰੀਆ ਇਹ ਹੋਏਗਾ ਜੀ ਲਿਕਵਿਡ ਯੂਰੀਆ ਠੀਕ ਹੈ ਤਾਂ ਲਿਕਵਿਡ ਯੂਰੀਆ ਮਾਰਕੀਟ ਵਿੱਚ ਆਈ ਹੈ ਠੀਕ ਹੈ ਅਤੇ ਇਸ ਨੂੰ ਕਿਸ ਨੇ ਲਾਂਚ ਕੀਤਾ ਹੈ IF ਕੋ ਨੇ IF ਕੋ ਦਾ ਪੂਰਾ ਨਾਮ ਕੀ ਹੈ ਜੀ ਇੰਡੀਅਨ ਫਾਰਮਰਸ ਫਰਟੀਲਾਈਜ਼ਰ इंडियन फार्मीलाइजर को हैडक्वास नवी दिल्ली इफको की स्थापना कदों हुई तीन नवंबर उन्नीस सौ सताहठ ठीक है तीन नवंबर उन्नीस सौ सताहठ नवी दिल्ली इफको की स्थापना हुई ठीक है इफको के चेयरमैन कौन हैं बी एस नकई ठीक है बी एस नकई इफको के अपने चेयरमैन ठीक है ਤੇ ਐਮ ਡੀ ਐਂਡ ਸੀਈਓ ਕੌਣ ਹਨ ਯੂਐਸ अवस्थी ਠੀਕ ਹੈ ਤਾਂ ਇਫਕੋ ਬਾਰੇ ਤੁਸੀਂ ਸਾਰੀਆਂ ਗੱਲਾਂ ਨੋਟ ਕਰ ਸਕਦੇ ਹੋ ਅੱਗੇ ਆਪਾਂ ਦੇਖਦੇ ਹਾਂ ਜੋ ਕਿ ਡਿਸਕਵਰੀ ਕਿਸ ਦੀ ਹੋਈ ਹੈ ਤਾਂ ਇਹ ਹੈ ਜੀ ਇਫਕੋ ਨੈਨੋ ਯੂਰੀਆ ਲਿਕਵਿਡ ਤਾਂ ਜੋ ਹੁਣ ਯੂਰੀਆ ਦੇ ਆਪਾਂ ਗੱਟੇ ਵੇਖਦੇ ਸੀ ਠੀਕ ਹੈ ਤਾਂ ਹੁਣ ਉਸ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੈ ਨੈਨੋ ਯੂਰੀਆ ਲਿਕਵਿਡ ਠੀਕ ਹੈ ਅਤੇ ਇਹ ਜੋ ਨੈਨੋ ਯੂਰੀਆ ਲਿਕਵਿਡ ਹੈ ਇਹ 10% 10% ਸਸਤੀ ਵੀ ਹੈ ਠੀਕ ਹੈ ਜੀ ਜੋ ਯੂਰੀਆ ਤੋਂ 10% ਸਸਤੀ ਵੀ ਹੈ ਤੇ ਫਾਰਮਰ ਦੀ ਜੋ ਇਨਕਮ ਨੂੰ ਵਧਾਉਣ ਵਿੱਚ ਕਾਫੀ ਹੈਲਪਫੁਲ ਹੈ ਟਿਕਾ ਕਾ ਕਾ ਟ੍ਰੋਪ ਦੀ ਪ੍ਰੋਡਕਟਿਵਿਟੀ ਨੂੰ ਵਧਾਏਗੀ ਠੀਕ ਹੈ ਜੀ ਅਤੇ ਸਸਤੀ ਵੀ ਹੈ ਠੀਕ ਹੈ ਤਾਂ ਨਿਊਟ੍ਰੀਸ਼ਨ ਵੈਲਿਊ ਨੂੰ ਵੀ ਇਹ ਇੰਪਰੂਵ ਕਰਦੀ ਹੈ ਠੀਕ ਹੈ ਤਾਂ ਇਹ ਹੈ ਜੀ ਆਪਣੀ ਇਸਕੋ ਨੈਨੋ ਯੂਰੀਆ ਲਿਕਵਿਡ ਸੋ ਦੈਨ ਆਪਣਾ 11th ਕੁਐਸਚਨ ਹੈ ਵੈਨ ਇਜ਼ ਦਾ ਸਟੇਟ ਹੂਡ ਡੇ ਆਫ ਤੇਲੰਗਾਨਾ ਸੈਲੀਬ੍ਰੇਟਡ ਰੀਸੈਂਟਲੀ ਤਾਂ ਤੇਲੰਗਾਨਾ ਜੋ 4 ਮਾਰਚ ਨੂੰ ਠੀਕ ਹੈ 2014 ਨੂੰ ਭਾਰਤ ਸਰਕਾਰ ਨੇ ਅਨਾਉਂਸ ਕੀਤਾ ਸੀ ਅਤੇ ਫਿਰ 2 ਜੂਨ ਨੂੰ 2014 ਨੂੰ ਠੀਕ ਹੈ 2 ਜੂਨ 2014 ਤਾਂ ਸਿੰਪਲੀ 2 ਜੂਨ 2014 ਨੂੰ ਤੇਲੰਗਾਨਾ ਦਾ ਸਟੇਟ ਹੂਡ ਡੇ ਬਣਾਇਆ ਗਿਆ ਠੀਕ ਹੈ 2 ਜੂਨ 2014 ਨੂੰ ਇਸ ਇਹ ਬਣੀ ਜੀ ਸਟੇਟ ਠੀਕ ਹੈ ਅਤੇ ਅੱਜ ਇਸ ਨੂੰ ਲਗਭਗ 7 ਸਾਲ ਹੋ ਗਏ ਹਨ ਸਟੇਟ ਬਣੇ ਨੂੰ ਠੀਕ ਹੈ ਉਦੋਂ ਇਹ ਸੀ ਜੀ 29ਵੀਂ ਸਟੇਟ ਬਣਾਈ ਗਈ ਸੀ ਠੀਕ ਹੈ ਠੀਕ ਹੈ ਦੀ ਪਰ ਹੁਣ ਇੰਡੀਆ ਵਿੱਚ ਕਿੰਨੇ ਹਨ 28 ਸਟੇਟਸ ਐਂਡ ਏਟ ਯੂ ਟੀ ਠੀਕ ਹੈ ਉਦੋਂ ਉਨੱਤੀਵੀਂ ਸਟੇਟ ਬਣਾਈ ਗਈ ਸੀ ਠੀਕ ਹੈ ਬਾਅਦ 'ਚ ਤੁਹਾਨੂੰ ਪਤਾ ਹੈ ਜੰਮੂ ਕਸ਼ਮੀਰ ਵਾਲਾ ਕੇਸ ਠੀਕ ਹੈ ਤਾਂ ਜੋ ਆਪਣਾ ਤੇਲੰਗਾਨਾ ਹੈ ਤਾਂ ਤੇਲੰਗਾਨਾ ਦੀ ਕੈਪੀਟਲ ਕੀ ਹੈ ਹੈਦਰਾਬਾਦ ਠੀਕ ਹੈ ਹੈਦਰਾਬਾਦ ਇਸਦੀ ਕੈਪੀਟਲ ਹੈ ਅਤੇ ਇਸਦੇ ਸੀ ਐਮ ਕੌਣ ਹਨ ਚੰਦਰ ਸ਼ੇਖਰ ਰਾਓ ਠੀਕ ਹੈ ਚੰਦਰ ਸ਼ੇਖਰ ਰਾਓ ਇਸਦੇ ਸੀ ਐਮ ਹਨ ਤਾਂ ਤੇਲੰਗਾਨਾ ਦੀ ਜੋ ਓਫਿਸ਼ੀਅਲ ਲੈਂਗੁਏਜ ਹੈ ਉਹ ਕਿਹੜੀ ਹੈ ਜੀ ਤਾਂ ਤੈਲਗੂ ਹੈ ਜੀ ਇਸਦੀ ਓਫਿਸ਼ੀਅਲ ਲੈਂਗੁਏਜ ਠੀਕ ਹੈ ਓਫਿਸ਼ੀਅਲ ਲੈਂਗੁਏਜ ਹੈ ਤੇਲੰਗਾਨਾ ਦੀ ਤੈਲਗੂ ਅਤੇ ਗਵਰਨਰ ਕੌਣ ਹਨ ਜੋ ਪੁੱਡੂਚੇਰੀ ਦੇ ਵੀ ਗਵਰਨਰ ਹਨ ਤਾਮਿਲ ਸਾਈ ਸੋਨਦਰਾਜਨ ਠੀਕ ਹੈ ਤਾਮਿਲ ਸਾਈ ਸੋਨਦਰਾਜਨ ਠੀਕ ਹੈ ਤਾਂ ਸਾਰੇ ਫੈਕਟਸ ਕਿਸ ਨਾਲ ਰਿਲੇਟਡ ਹਨ ਤੇਲੰਗਾਨਾ ਦੇ ਨਾਲ ਠੀਕ ਹੈ ਤਾਂ 1953 ਵਿੱਚ ਪਾਸ਼ਾ ਦੇ ਆਧਾਰ ਤੇ ਬਨਣ ਵਾਲਾ ਪਹਿਲਾ ਜੋ ਸਟੇਟ ਕਿਹੜਾ ਸੀ ਪਾਰਤ ਦਾ ਠੀਕ ਹੈ ਪਾਸ਼ਾ ਦੇ ਆਧਾਰ ਤੇ ਪਹਿਲਾ ਸਟੇਟ ਜੋ ਬਣਿਆ ਸੀ ਜੀ ਉਹ ਬਣਿਆ ਸੀ ਜੀ ਆਂਧਰਾ ਪ੍ਰਦੇਸ਼ ਠੀਕ ਹੈ ਉਦੋਂ ਤੇਲੰਗਾਨਾ ਆਂਧਰਾ ਪ੍ਰਦੇਸ਼ ਇਕੱਠੇ ਹੁੰਦੇ ਸਨ ਠੀਕ ਹੈ ਅਤੇ ਇੱਕ ਇਹਨਾਂ ਵਿੱਚ ਐਗਰੀਮੈਂਟ ਹੋਇਆ ਸੀ 1952 ਵਿੱਚ ਜਿਸ ਦਾ ਨਾਮ ਸੀ ਜੀ ਜੈਂਟਲਮੈਨਸ ਐਗਰੀਮੈਂਟ ਠੀਕ ਹੈ ਜੈਂਟਲਮੈਨਸ ਐਗਰੀਮੈਂਟ ਤਾਂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿੱਚ ਜੋ ਜੈਂਟਲਮੈਨਸ ਐਗਰੀਮੈਂਟ ਹੋਇਆ ਸੀ ਉਸ ਦੇ ਤਹਿਤ ਜੋ ਆਂਧਰਾ ਪ੍ਰਦੇਸ਼ ਸੀ ਉਹ ਤੇਲੰਗਾਨਾ ਦੀ ਰੱਖਿਆ ਕਰਦਾ ਸੀ ਠੀਕ ਹੈ ਪਰ ਹੌਲੀ-ਹੌਲੀ ਇਹਨਾਂ ਵਿੱਚ ਦਰਾਰ ਪੈਦੀ ਗਈ ਠੀਕ ਹੈ ਅਤੇ ਜੋ ਤੇਲੰਗਾਨਾ ਦੇ ਲੋਕ ਸਨ ਠੀਕ ਹੈ ਉਹ ਆਪ ਉਹਨਾਂ ਨੇ ਅੰਦੋਲਨ ਚਲਾਇਆ ਜੀ ਜੈ ਤੇਲੰਗਾਨਾ ਦੇ ਨਾਮ ਨਾਲ ਤਾਂ ਫਿਰ ਹੌਲੀ-ਹੌਲੀ ਕਾਫੀ ਅੰਦੋਲਨ ਵੱਡਾ ਹੋ ਗਿਆ ਅਤੇ 2 ਜੂਨ 2014 ਨੂੰ ਠੀਕ ਹੈ ਤੇਲੰਗਾਨਾ ਬਣ ਗਿਆ ਠੀਕ ਹੈ ਜੀ ਤਾਂ 2 ਜੂਨ ਨੂੰ ਮਨਾਇਆ ਜੀ ਆਪਾਂ ਤੇਲੰਗਾਨਾ ਦਿਵਸ ਠੀਕ ਹੈ ਜੀ ਥੈਨ ਆਪਣਾ 12ਵਾਂ ਕੁਐਸਚਨ ਹੈ ਕਿ who has taken over as the new president of confederation of indian industry ਤਾਂ confederation of indian industry ਯਾਨੀ CII ਇਹਨੂੰ ਕੀ ਕਿਹਾ ਜਾਂਦਾ ਹੈ ਭਾਰਤੀ ਉਦਯੋਗ ਪਰਿਸੰਘ ਵੀ ਕਿਹਾ ਜਾਂਦਾ ਠੀਕ ਹੈ ਭਾਰਤੀ ਉਦਯੋਗ ਪਰੀ ਸੰਗ ਤਾਂ ਇਸ ਦੇ ਜੋ ਪਹਿਲੇ ਜੋ ਪ੍ਰਧਾਨ ਸਨ ਠੀਕ ਹੈ ਇਹਨਾਂ ਤੋਂ ਪਹਿਲੇ ਇੱਕ ਪ੍ਰਧਾਨ ਕੌਣ ਸਨ ਉਦੇ ਕੋਟਕ ਤਾਂ ਹੁਣ ਜੋ ਨਵੇਂ ਪ੍ਰਧਾਨ ਬਣੇ ਹਨ ਉਹ ਨਵੇਂ ਪ੍ਰਧਾਨ ਕੌਣ ਬਣੇ ਹਨ ਤਾਂ ਟੀਵੀ ਨਰਿੰਦਰ ਠੀਕ ਹੈ ਟੀਵੀ ਨਰਿੰਦਰਨ ਬਣੇ ਹਨ ਜੀ ਜੋ ਆਪਣੀ ਹੈ ਜੀ ਸੀਆਈਆਈ ਠੀਕ ਹੈ ਉਦਯੋਗ ਪਰਿਸੰਗ ਤਾਂ ਉਸ ਦੇ ਨਵੇਂ ਪ੍ਰਧਾਨ ਬਣੇ ਹਨ ਜੀ ਟੀਵੀ ਨਰਿੰਦਰਨ ਠੀਕ ਹੈ ਉਹਨਾਂ ਤੋਂ ਪਹਿਲੇ ਕੌਣ ਸਨ ਉਦੇ ਕੋਟਕ ਠੀਕ ਹੈ ਜੋ ਕੋਰਟਕ ਮਿੰਦਰਾ ਬੈਂਕ ਦੇ ਵੀ ਚੇਅਰਮੈਨ ਹਨ ਉਹਦੇ ਕੋਟਕ पहले ओसन ठीक है हों बने हां जी टीवी नरेंद्र ठीक है तो डरना नहीं फोटो भेज के अबहू वाज अपॉइंटेड एज द चेयरमैन ऑफ एग्जीक्यूटिव बोर्ड ऑफ वर्ल्ड हेल्थ ऑर्गेनाइजेशन ऑन जून 2021 ओ दे जो नए कार्यकारी प्रमुख कौन बनाए गए हैं आप सब को पता है कि ਡਾਕਟਰ ਹਰਸ਼ਵਰਧਨ ਕਾਰਜਕਾਰੀ ਪ੍ਰਮੁੱਖ ਹੁੰਦੇ ਸੀ ਠੀਕ ਹੈ ਅਤੇ ਹੁਣ ਦਾ ਉਹਨਾਂ ਦਾ 1 ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਅਤੇ ਨਵੇਂ ਕਾਰਜਕਾਰੀ ਪ੍ਰਮੁੱਖ ਬਣਾਏ ਗਏ ਹਨ ਡਾਕਟਰ ਪੈਟ੍ਰਿਕ ਅਮੋਥ ਤਾਂ ਇਹ ਹਾਂਜੀ ਡਾਕਟਰ ਪੈਟ੍ਰਿਕ ਅਮੋਥ ਜੋ ਕਿ ਕਿਨੀਆ ਦੇ ਹਨ ਠੀਕ ਹੈ ਅਤੇ ਇਹਨਾਂ ਨੂੰ ਨਵਾਂ ਕਾਰਜਕਾਰੀ ਪ੍ਰਮੁੱਖ ਬਣਾਇਆ ਗਿਆ ਹੈ ਜੀ World Health Organization ਦਾ ਠੀਕ ਹੈ ਜੀ ਅਤੇ ਇਹ ਹਾਂਜੀ ਕਿਨੀਆ ਤੋਂ ਅਤੇ ਕਿਨੀਆ ਦੇ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਕਿਨੀਆ ਦੀ ਕੈਪੀਟਲ ਹੈ ਜੀ ਨਾਈਰੋਬੀ ਦਾ ਨਾਈਰੋਬੀ ਜੋ ਕਿਨੀਆ ਹੈ ਉੱਥੇ ਹੈ ਜੀ ਯੂਨਾਈਟਿਡ ਨੇਸ਼ਨ এনवायरमेंटਲ ਪ੍ਰੋਗਰਾਮ ਦੇ ਹੈਡਕਵਰਟਰਸ ਤਾਂ এনवायरमेंट ਡੇ ਵੀ ਹਾਲ ਹੀ ਦੇ ਵਿੱਚ ਠੀਕ ਹੈ 5 ਜੂਨ ਨੂੰ ਮਨਾਇਆ ਗਿਆ ਅਤੇ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਦੇ ਹੈਡਕਵਰਟਰਸ ਕਿੱਥੇ ਹਨ ਨਾਈਰੋਬੀ ਕਿਨੀਆ ਦੇ ਵਿੱਚ ਠੀਕ ਹੈ ਜੀ ਅਤੇ ਕਿਨੀਆ ਦੀ ਕਰੰਸੀ ਦੀ ਗੱਲ ਕਰੀਏ ਤਾਂ ਕਿਨੀਅਨ ਸ਼ੀਲਿੰਗ ਹਨ ਠੀਕ ਹੈ ਅਤੇ ਉਸ ਤੋਂ ਦੇ ਪ੍ਰੈਜ਼ੀਡੈਂਟ ਕੌਣ ਹਨ ਰੂਹੂ ਕੇਨਿਆਟਾ ਠੀਕ ਹੈ ਰੂਹੂ ਕੇਨਿਆਟਾ ਤਾਂ ਇਸ ਐਨਫੈਕਟਸ ਤੁਸੀਂ ਕਿਨੀਆ ਬਾਰੇ ਯਾਦ ਰੱਖੋ ਅਤੇ WHO ਦੇ ਨਵੇਂ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਜਾਂ ਕਾਰਜਕਾਰੀ ਪ੍ਰਮੁੱਖ ਕਹਿ ਸਕਦੇ ਆਪਾਂ ਉਹ ਹੈ ਜੀ ਡਾਕਟਰ ਪੈਂਟ੍ਰਿਕ ਅਮੋਥ ਠੀਕ ਹੈ ਜੀ ਸੋ ਦੈਨ ਆਪਣਾ 14th ਕੁਐਸਚਨ ਹੈ ਤਾਂ ਰੀਸੈਂਟਲੀ ਪਾਸ਼ਨਚਾਰ ਆਈਲੈਂਡ ਵਾਸ ਇਨ ਡਿਸਕਸ਼ਨ ਠੀਕ ਹੈ ਤਾਂ ਇੱਥੇ ਤੁਸੀਂ ਮੈਪ 'ਚ ਦੇਖ ਸਕਦੇ ਹੋ ਬੰਗਲਾਦੇਸ਼ ਦੀ ਟੈਟਰੀ ਦੇ ਵਿੱਚ ਹੈ ਜੀ ਪਾਸ਼ਨਚਾਰ ਠੀਕ ਹੈ ਤੇ ਇਹ ਚਰਚਾ ਵਿੱਚ ਕਿਉਂ ਸੀ ਕਿਉਂਕਿ ਜੋ ਰੋਹਿੰਗਿਆ ਮੁਸਲਮਾਨ ਹਨ ਜੋ ਕਿ ਮਿਆਂਮਾਰ ਤੋਂ ਮਾਈਗ੍ਰੇਟ ਕਰਕੇ ਠੀਕ ਹੈ ਜੀ ਕਦੇ ਇੰਡੀਆ ਵਿੱਚ ਆਉਂਦੇ ਹਨ ਕਦੇ ਇੰਡੀਆ ਤੋਂ ਬਾਹਰ ਜਾਂਦੇ ਹਨ ਕਦੇ ਬੰਗਲਾਦੇਸ਼ ਵੱਟਦੇ ਹਨ ਠੀਕ ਹੈ ਤਾਂ ਮਾਈਗ੍ਰੇਟ ਕਰਕੇ ਵਿਚਾਰੇ ਹੁਣ ਪਾਸ਼ਨਚਾਰ ਆਈਲੈਂਡ ਤੇ ਪਹੁੰਚ ਗਏ ਹਨ ਠੀਕ ਹੈ ਪਾਸ਼ਨਚਾਰ ਜੋ ਆਈਲੈਂਡ ਹੈ ਇਹ ਲਗਭਗ 20 ਸਾਲ ਪਹਿਲੇ ਹੀ ਬਣਿਆ ਹੈ ਅਤੇ ਇਹ ਲਗਭਗ ਸਿਰਫ 6 ਫੁੱਟ ਉੱਚਾ ਹੈ ਜੀ ਸਮੁੰਦਰ ਤਲ ਤੋਂ ਤਾਂ ਇਹ ਜੋ ਆਈਲੈਂਡ ਹੈ ਇਸ ਤੇ ਲਗਭਗ 1 ਲੱਖ ਜੋ ਸ਼ਰਨਾਰਥੀ ਇਸ ਟਾਈਮ ਤੇ ਰਹਿ ਰਹੇ ਹਨ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਆਈਲੈਂਡ ਜੋ ਕਿ ਡੁੱਬਨ ਦੀ ਕਿਨਾਰ ਤੇ ਹੈ ਉੱਥੇ 1 ਲੱਖ ਸ਼ਰਨਾਰਤੀ ਵਿਚਾਰੇ ਰਹਿ ਰਹੇ ਹਨ ਠੀਕ ਹੈ ਤਾਂ ਉਹ ਜੋ ਰੋਹਿੰਗੀਆਂ ਮੁਸਲਮਾਨ ਹਨ ਠੀਕ ਹੈ ਰੋਹਿੰਗੀਆਂ ਮੁਸਲਮਾਨ ਠੀਕ ਹੈ ਉਹ ਇੱਥੋਂ ਦੇ ਹਨ ਠੀਕ ਹੈ ਜੀ ਮਿਆਂਮਾਰ ਦੀ ਇਸ ਸਾਈਡ ਦੇ ਰੀਜਨ ਦੇ ਹਨ ਠੀਕ ਹੈ ਅਤੇ ਉਹ ਉਹਨਾਂ ਨੂੰ ਮਿਆਂਮਾਰ ਨਹੀਂ ਰੱਖਦਾ ਠੀਕ ਹੈ ਸੋ ਉਹਨਾਂ ਦਾ ਕਾਫੀ ਸ਼ੋਸ਼ਨ ਵੀ ਹੁੰਦਾ ਹੈ उन्होंने जो चर्चा का विषय उस इस करके बनया जी ये भाषणचार आईलैंड है ठीक है आईलैंड दी है टैरटरी दे, अंडर है ठीक है जी तो अपना पंद्रव क्वेश्चन है ये जो डिवेलपमेंट है एक दो दिन पहले द ही डिवेलपमेंट है ठीक है जी इजराइल ठीक है इस बारे आप काफी चर्चा करते ठीक है इजराइल के जो नए प्रैजीडेंट बना दिए हैं ठीक है नवे प्रेजिडेंट 11ਵੇਂ ਪ੍ਰੈਜ਼ੀਡੈਂਟ ਕੰਟਰੀ ਦੇ ਕੌਣ ਬਣਾ ਦਿੱਤੇ ਗਏ ਹਨ ਤਾਂ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ ਇਸਾਕ ਹਰਜ਼ੇਕ ਤਾਂ ਇਹ ਹਾਂ ਜੀ ਇਸਾਕ ਹਰਜ਼ੇਕ ਤਾਂ ਇਹ ਬਣੇ ਹਨ ਇਜ਼ਰਾਈਲ ਦੇ 11ਵੇਂ ਰਾਸ਼ਟਰਪਤੀ ਠੀਕ ਹੈ ਨਵੇਂ ਰਾਸ਼ਟਰਪਤੀ ਬਣਾ ਦਿੱਤੇ ਗਏ ਨਵੇਂ ਪ੍ਰੈਜ਼ੀਡੈਂਟ ਤਾਂ ਇਹਨਾਂ ਤੋਂ ਪਹਿਲਾਂ 10ਵੇਂ ਰਾਸ਼ਟਰਪਤੀ ਸਨ ਰੈਮਨ ਹਰਜ਼ੇਕ ਠੀਕ ਹੈ ਰੈਮਨ ਹਰਜ਼ੇਕ ਠੀਕ ਹੈ ਤਾਂ ਇਹਨਾਂ ਦੇ ਨਾਲ ਹੀ ਜਦੋਂ ਨਵੇਂ ਰਾਸ਼ਟਰਪਤੀ ਆਏ ਤਾਂ ਥੋੜੇ 1-2 ਦਿਨ ਬਾਅਦ ਹੀ ਨਵੇਂ ਪ੍ਰਧਾਨ ਮੰਤਰੀ ਵੀ ਬਣਾ ਦਿੱਤੇ ਗਏ ਠੀਕ ਹੈ ਜੋ ਆਪਾਂ ਪਹਿਲੇ ਦੇਖਦੇ ਸੀ ਬੈਂਜਾਮਿਨ ਨੇਤਨਯਾਹੁ ਤਾਂ ਉਹਨਾਂ ਨੂੰ ਹਟਾ ਦਿੱਤਾ ਗਿਆ ਠੀਕ ਹੈ ਅਤੇ ਨਵੇਂ ਪ੍ਰਧਾਨ ਮੰਤਰੀ ਵੀ ਬਣਾ ਦਿੱਤੇ ਗਏ ਇਜ਼ਰਾਈਲ ਦੇ ਠੀਕ ਹੈ ਕੌਣ ਹਾਂਜੀ ਨਵੇਂ ਪ੍ਰਧਾਨ ਮੰਤਰੀ ਨੇਫਟਾਲੀ ਬੈਨਟ ਠੀਕ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਾਂ ਨੂੰ ਪੁੱਛਿਆ ਹੈ ਪ੍ਰੈਜ਼ੀਡੈਂਟ ਤਾਂ ਪ੍ਰੈਜ਼ੀਡੈਂਟ ਹੈ ਜੀ ਇਸਾਕ ਹਰਜ਼ੇਕ ਠੀਕ ਹੈ ਪ੍ਰਧਾਨ ਮੰਤਰੀ ਦੀ ਕੁਐਸਚਨ ਵੀ ਆਏਗਾ ਆਪਾਂ ਨੂੰ ਨੇਫਟਾਲੀ ਬੈਨਟ ਹੋਣਗੇ ਠੀਕ ਹੈ ਉਸ ਬਾਰੇ ਵੀ ਆਪਾਂ ਚਰਚਾ ਕਰਾਂਗੇ ਠੀਕ ਹੈ ਇਜ਼ਰਾਈਲ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਜ਼ੇਰੂਸਲਮ ਹੈ ਪਰ ਇੰਡੀਆ ਦੀ ਵਿਦੇਸ਼ ਨੀਤੀ ਦੇ ਅਕੋਰਡਿੰਗ ਇਜ਼ਰਾਈਲ ਦੀ ਜੋ ਕੈਪੀਟਲ ਹੈ ਉਹ ਹੈ ਜੀ ਤੈਲ ਅਵੇਵ ਠੀਕ ਹੈ ਤੈਲ ਅਵੇਵ ਇੰਡੀਆ ਦੇ ਅਕੋਰਡਿੰਗ ਇਜ਼ਰਾਈਲ ਦੀ ਕੈਪੀਟਲ ਹੈ ਠੀਕ ਹੈ ਕਿਉਂਕਿ ਇੰਡੀਆ ਜ਼ੇਰੂਸਲਮ ਨੂੰ ਇਜ਼ਰਾਈਲ ਦੀ ਕੈਪੀਟਲ ਨਹੀਂ ਮੰਨਦਾ ਠੀਕ ਹੈ ਸੋ ਦੈਨ ਕੋਲਵਾਂ ਕੁਐਸਚਨ ਹੈ ਜੀ ਆਪਣਾ ਤਾਂ ਰੀਸੈਂਟਲੀ ਦਾ ਲਾਸਟ ਲਿਵਿੰਗ ਪਰਸਨ ਆਫ ਕਨਸਟੈਂਟ ਅਸੈਂਬਲੀ ਤਾਂ ਜੋ ਆਪਣੀ ਸੰਵਿਧਾਨ ਸਭਾ ਸੀ ਠੀਕ ਹੈ ਉਸ ਦਾ ਜੋ ਆਖਰੀ ਜੀਵਿਤ ਵਿਅਕਤੀ ਸੀ ਤਾਂ ਉਸ ਦਾ ਉਸ ਦੀ ਡੈਥ ਹੋ ਗਈ ਹੈ ਤਾਂ ਪੁੱਛਣਾ ਹੈ ਕਿ ਜੋ ਆਖਰੀ ਜੀਵਿਤ ਵਿਅਕਤੀ ਕੌਣ ਸੀ ਠੀਕ ਹੈ ਤਾਂ ਜੋ ਆਖਰੀ ਜੀਵਿਤ ਵਿਅਕਤੀ ਸੀ ਉਹ ਸੀ ਜੀ ਆਪਣਾ ਟੀਐਮ ਕਲਿਆਣਨ ਠੀਕ ਹੈ ਟੀਐਮ ਕਲਿਆਣਨ ਤਾਂ ਇਹਨਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋ ਗਿਆ ਹੈ ਠੀਕ ਹੈ ਤਾਂ ਆਪਣੀ ਜੋ ਸੁਵਿਧਾਨ ਸਭਾ ਸੀ ਤਾਂ ਉਸ ਵਿੱਚ ਜੋ ਟੈਂਪਰੇਰੀ ਚੇਅਰਮੈਨ ਸਨ ਠੀਕ ਹੈ ਉਹ ਸਨ ਜੀ ਡਾਕਟਰ ਸਚੀਦਾਨੰਦ ਸੀ ਨਾ ਸਿਰਫ 2 ਦਿਨ ਲਈ ਹੀ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਕਿਉਂਕਿ ਇਹ ਸਭ ਤੋਂ ਵੱਡੀ ਉਮਰ ਦੇ ਸਨ ਠੀਕ ਹੈ ਸੈਜ਼ ਅ ਰਿਸਪੈਕਟ ਦੇ ਤੌਰ ਤੇ ਠੀਕ ਹੈ ਉਸ ਤੋਂ ਬਾਅਦ ਇਲੈਕਸ਼ਨ ਹੋਏ ਜੀ ਅਤੇ ਜੋ ਪਰਮਨੈਂਟ ਚੇਅਰਮੈਨ ਬਣੇ ਪਰਮਨੈਂਟ ਪ੍ਰੈਜ਼ੀਡੈਂਟ ਬਣੇ ਉਹ ਬਣੇ ਜੀ ਡਾਕਟਰ ਰਾਜੇਂਦਰ ਪ੍ਰਸ਼ਾਦ ਠੀਕ ਹੈ ਡਾਕਟਰ ਰਾਜੇਂਦਰ ਪ੍ਰਸ਼ਾਦ ਐਂਡ ਜੋ ਚੇਅਰਮੈਨ ਆਫ ਡਰਾਫਟਿੰਗ ਕਮੇਟੀ ਠੀਕ ਹੈ ਮਸੌਦਾ ਸਮਿਤੀ ਵੀ ਕਹਿ ਸਕਦੇ ਹਾਂ ਮਸੌਦਾ ਸਮਿਤੀ ਦੇ ਜੋ ਡਾਕਟਰ ਬੀ ਆਰ ਅੰਬੇਦਕਰ ਬਣੇ ਸਨ ਠੀਕ ਹੈ ਤਾਂ ਤੇ ਕਨਸਟੀਟਿਊਸ਼ਨਲ ਐਡਵਾਈਜ਼ਰ ਕਾਫੀ ਵਾਰੀ ਪੁੱਛਿਆ ਜਾਂਦਾ ਹੈ ਤਾਂ ਬੀ ਐਨ ਰਾਓ ਜੋ ਸਨ ਇੱਕ ਕਨਸਟੀਟਿਊਸ਼ਨਲ ਐਡਵਾਈਜ਼ਰ ਸਨ ਠੀਕ ਹੈ ਇਹਨਾਂ ਚਾਰਾਂ ਦੇ ਨਾਮ ਤੁਸੀਂ ਯਾਦ ਰੱਖ ਸਕਦੇ ਹੋ ਠੀਕ ਹੈ ਜੀ ਤੇ ਜੋ ਸਭ ਤੋਂ ਉਮਰਦਾਜ਼ ਵਿਅਕਤੀ ਸਨ ਟੀਐਮ ਕਲਿਆਨਨ ਤਾਂ ਉਹਨਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋ ਚੁੱਕਿਆ ਹੈ ਠੀਕ ਹੈ ਜੀ ਸੋ ਦੈਨ ਆਪਣਾ 17 ਕੁਸ਼ਨ ਹੈ ਦਾ ਹੂ ਹੈਸ ਟੋਪ ਦਾ ਰੀਸੈਂਟਲੀ ਰਿਲੀਜ਼ਡ ਆਈਸੀਸੀ ਊਮਨਸ ਟੀ20 ਆ ਰੈਂਕਿੰਗ ਤਾਂ ਜੋ ਆਈਸੀਸੀ ਠੀਕ ਹੈ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਤਾਂ ਜਿਸਦੇ ਜੋ ਹੈੱਡਕੁਆਟਰ ਸਨ ਕਿੱਥੇ ਹਨ ਤਾਂ ਦੁਬਈ ਦੇ ਵਿੱਚ ਇਸਦੇ ਹੈੱਡਕੁਆਟਰ ਸਨ ਅਤੇ ਇਸਦੇ ਨਵੇਂ ਹੈਡ ਕੋਨ ਹਾਂ ਜੀ ਗ੍ਰੇਗ ਬਰਕਲੀ ਠੀਕ ਹੈ ਗ੍ਰੇਗ ਬਰਕਲੀ ਇਸ ਦੇ ਹੈਡ ਹਨ ਤਾਂ ICC ਨੇ ਜੋ ਔਮਨਸ ਦੀ ਰੀਸੈਂਟ ਵਿੱਚ ਰੈਂਕਿੰਗ ਜਾਰੀ ਕੀਤੀ ਹੈ ਤਾਂ ਆਪਾਂ ਦੱਸਣਾ ਹੈ ਕਿ T20 ਵਿੱਚ ਨੰਬਰ 1 ਔਮਨ ਕੌਣ ਹੈ ਤਾਂ ਇੰਡੀਅਨ ਔਮਨ ਹੈ ਜੀ ਸ਼ਿਫਾਲੀ ਇੰਡੀਅਨ ਪਲੇਅਰ ਤਾਂ ਸ਼ਿਫਾਲੀ ਵਰਮਾ T20 ਵਿੱਚ ਨੰਬਰ 1 ਪਲੇਅਰ ਬਣ ਚੁੱਕੀ ਹੈ ਜੀ ਠੀਕ ਹੈ ICC ਦੀ ਨਵੀਂ ਰੈਂਕਿੰਗ ਦੇ ਅਨੁਸਾਰ ਠੀਕ ਹੈ ਨਵੀਂ ਰੈਂਕਿੰਗ ਦੇ ਅਨੁਸਾਰ ਸ਼ਿਫਾਲੀ ਵਰਮਾ ਨੰਬਰ 1 T20 ਔਮਨ ਪਲੇਅਰ ਠੀਕ ਹੈ ਜੀ ਦੈਨ 18th ਕੁਐਸਚਨ ਹੈ ਤਾਂ ਕੁਐਸਚਨ ਤਾਂ ਕੋਈ ਹੋਰ ਹੈ ਪਰ ਤੁਹਾਨੂੰ ਲੱਗਿਆ ਹੋਵੇਗਾ ਕਿ ਪਿਕ ਡਾਇਨਾਸੌਰ ਦੇ ਅਫਸ਼ੇਸ਼ਾਂ ਦੀ ਲਾਈ ਹੋਈ ਹੈ ਚਲੋ ਇਸ ਬਾਰੇ ਆਪਾਂ ਦੇਖਦੇ ਹਾਂ ਤਾਂ ਰੀਸੈਂਟਲੀ ਇੰਡੀਆ ਐਂਡ ਵਿਚ ਕੰਟਰੀ ਹੈਵ ਸਾਈਨਡ ਐਨ ਐਗਰੀਮੈਂਟ ਫॉर ਕੋਆਪਰੇਸ਼ਨ ਆਫ ਮਿਨਰਲ ਰਿਸੋਰਸਸ ਤਾਂ ਤੁਹਾਨੂੰ ਪਤਾ ਹੈ ਕਿ ਜੋ ਆਪਣਾ ਅਰਜਨਟੀਨਾ ਹੈ ਠੀਕ ਹੈ ਤਾਂ ਇੱਥੇ ਕਾਫੀ ਤਰ੍ਹਾਂ ਦੇ ਮਿਨਰਲ ਪਾਏ ਜਾਂਦੇ ਹਨ ਜਿਵੇਂ ਕਾਫੀ ਮਾਤਰਾ ਵਿੱਚ ਜੋ ਲੀਥੀਅਮ ਹੈ ਤਾਂ ਲੀਥੀਅਮ ਟ੍ਰਾਇੰਗਲ ਮਿਲਦਾ ਹੈ ਜੀ ਅਰਜਨਟੀਨਾ ਚਿਲੀ ਤੇ ਬੋਲੀਵਿਆ ਦੇ ਵਿੱਚ ਤਾਂ ਤਿੰਨ ਕੰਟਰੀਜ਼ ਹਨ ਅਰਜنٹინა ਚਿਲੀ ਤੇ ਬੋਲੀਵਿਆ ਠੀਕ ਹੈ ਸਾਊਥ ਅਮਰੀਕਾ ਦੇ ਵਿੱਚ ਤਾਂ ਇੱਥੇ ਮਿਲਦਾ ਹੈ ਜੀ ਲੀਥੀਅਮ ਟ੍ਰਾਇੰਗਲ ਇਹਨਾਂ ਤਿੰਨ ਕੰਟਰੀਜ਼ ਵਿੱਚ ਐਵੇਂ ਮਿਲਦਾ ਠੀਕ ਹੈ ਥੋੜਾ ਥੋੜਾ ਏਰੀਆ ਤਿੰਨਾਂ ਕੋਲ ਆਂਦਾ ਹੈ ਤਾਂ ਜੋ ਲੀਥੀਅਮ ਇਹ ਫਿਊਚਰ ਦਾ ਕਾਫੀ ਵਧੀਆ ਸੋਰਸ ਬਣ ਸਕਦਾ ਹੈ ਠੀਕ ਹੈ ਫਿਊਚਰ એનર્ਜੀ ਦਾ ਠੀਕ ਹੈ ਤਾਂ ਲੀਥੀਅਮ ਲਈ ਭਾਰਤ ਨੇ ਕੋਆਪਰੇਸ਼ਨ ਲਈ ਇੱਕ ਐਗਰੀਮੈਂਟ ਸਾਈਨ ਕੀਤਾ ਹੈ ਕਿਸ ਦੇ ਨਾਲ ਅਰਜنٹინა ਦੇ ਨਾਲ ਠੀਕ ਹੈ ਅਰਜنٹੀਨਾ ਦੀ ਆਪਾਂ ਅਗਰ ਗੱਲ ਕਰੀਏ ਤਾਂ ਇਸ ਦੀ ਕੈਪੀਟਲ ਐਂਡ ਲਾਰਜੈਸਟ ਸਿਟੀ ਹੈ ਜੀ ਬੋਨੇਓ ਆਇਰਸ ਠੀਕ ਹੈ ਬੋਨੇਓ ਆਇਰਸ ਇਸ ਦੀ ਕੈਪੀਟਲ ਹੈ ਅਤੇ ਇਸ ਦੀ ਲਾਰਜੈਸਟ ਸਿਟੀ ਹੈ ਠੀਕ ਹੈ ਐਂਡ ਪਲਾਂਟੋਲੋਜਿਸਟ ਠੀਕ ਹੈ ਜੋ ਕਿ ਜੋ ਕਿ ਜੀਵਾਸ਼ਮਾ ਦਾ ਅਧਿਐਨ ਕਰਦੇ ਹਨ ਠੀਕ ਹੈ ਉਹਨਾਂ ਨੂੰ ਪਲਾਂਟੋਲੋਜਿਸਟ ਕਿਹਾ ਜਾਂਦਾ ਹੈ ਠੀਕ ਹੈ ਅਤੇ ਜੀਵਾਸ਼ਮਾ ਦਾ ਜੋ ਦਿਨ ਕਰਦੇ ਉਹਨਾਂ ਨੇ ਕੀ ਖੋਜ ਕੀਤੀ ਸੀ ਜੋ ਕਿ 98 ਮਿਲੀਅਨ ਪੁਰਾਣਾ ਠੀਕ ਹੈ ਇੱਕ ਡਾਇਨਾਸੌਰ ਸੀ ਜਿਸ ਦਾ ਨਾਮ ਕੀ ਸੀ ਟਿਟੈਨਾਸੌਰ ਠੀਕ ਹੈ ਡਾਇਨਾਸੌਰ ਦਾ ਕੀ ਨਾਮ ਸੀ ਟਿਟੈਨਾਸੌਰ ਤਾਂ ਉਹ ਲੱਭਿਆ ਸੀ ਜੀ ਅਰਜנטיਨਾ ਵਿੱਚ ਠੀਕ ਹੈ ਤਾਂ ਇਸ ਦੀ ਇਹ ਵੀ ਲੱਭਿਆ ਸੀ ਡਾਇਨਾਸੌਰ ਜਿਸ ਦਾ ਨਾਮ ਕੀ ਸੀ ਟਿਟੈਨਾਸੌਰ ਇਹ ਵੀ ਅਰਜנטיਨਾ ਵਿੱਚ ਲੱਭਿਆ ਸੀ ਅਤੇ ਹਾਲ ਹੀ ਦੇ ਵਿੱਚ ਆਪਾਂ ਮਿਨਰਲ ਵਾਸਤੇ ਬੇਸਿਕਲੀ ਲੀਥੀਅਮ ਵਾਸਤੇ ਅਰਜנטיਨਾ ਨਾਲ ਸਮਝੌਤਾ ਕੀਤਾ ਹੈ ਠੀਕ ਹੈ ਜੀ ਸੋ ਦੈਨ 19th ਕੁਐਸਚਨ ਹੈ ਜੀ ਆਪਣਾ ਤਾਂ ਵਿਚ ਕੰਟਰੀ ਲਾਂਚਡ ਇਸ ਫਰਸਟ ਕੋਰੋਨਾ ਵੈਕਸਿਨ ਠੀਕ ਹੈ ਫਰਸਟ ਕੋਰੋਨਾ ਵੈਕਸਿਨ ਪਾਕ ਵੈਕ ਤਾਂ ਪਾਕਿਸਤਾਨ ਨੇ ਵੀ ਆਪਣੀ ਕੋਰੋਨਾ ਦੀ ਵੈਕਸਿਨ ਬਣਾ ਲਈ ਹੈ ਠੀਕ ਹੈ ਜੀ ਕਿਸ ਦੀ ਸਹਾਇਤਾ ਨਾਲ ਤਾਂ ਆਬਵੀਅਸਲੀ ਚੀਨ ਦੀ ਸਹਾਇਤਾ ਨਾਲ ਪਾਕਿਸਤਾਨ ਨੇ ਬਣਾ ਲਈ ਹੈ ਜੀ ਆਪਦੀ ਵੈਕਸਿਨ ਠੀਕ ਹੈ ਤਾਂ ਜਦੋਂ ਕੋਰੋਨਾ ਖਤਮ ਹੋਣ ਤੇ ਆਇਆ ਠੀਕ ਹੈ ਉਦੋਂ ਪਾਕਿਸਤਾਨ ਨੇ ਵੈਕਸਿਨ ਬਣਾਈ ਠੀਕ ਹੈ ਤਾਂ ਇਹ ਜੋ ਵੈਕਸਿਨ ਪਾਕ ਵੈਕ ਬਣਾਈ ਹੈ ਜੀ ਤਾਂ ਪਾਕਿਸਤਾਨ ਨੇ ਬਣਾਈ ਹੈ ਤਾਂ ਇਸ ਦੀ ਜੋ कमता है ठीक है इसकी जो रिकर्व रेट है तो इसकी जो कि उत्पादकता दर है तो उस बारे इस जो कोई भी नहीं पता ठीक है इसकी किसी है उस बारे अजय नहीं पता ठीक है पाक व्यक्त सिंपली याद रख सकते हाँ पाकिस्तान ने बनाई दैन अपना ट्वेंटीएथ क्वेश्चन है वू हैज बिकम द प्रेजिडेंट ऑफ इंडियन ब्रॉडकास्टिंग फाउंड फाउंडेन रीसेंटली इंडियन ब्रॉडकास्टिंग फाउंडेन है तो उसका प्रधान कौन बनया है ਤਾ ਜੋ ਫਾਰਮਰ ਜਸਟਿਸ ਠੀਕ ਹੈ ਵਿਕਰਮਜੀਤ ਸੇਨ ਠੀਕ ਹੈ ਵਿਕਰਮਜੀਤ ਸੇਨ ਤਾਂ ਉਹਨਾਂ ਨੂੰ ਪ੍ਰਦਾਨ ਬਣਾਇਆ ਗਿਆ ਜੀ ਇੰਡੀਅਨ ਬ੍ਰੋਡਕਾਸਟਿੰਗ ਫਾਊਂਡੇਸ਼ਨ ਦਾ ਠੀਕ ਹੈ ਵਿਕਰਮਜੀਤ ਸੇਨ ਜੀ ਨੂੰ ਬਣਾਇਆ ਗਿਆ ਹੈ ਜੀ ਪ੍ਰਦਾਨ ਠੀਕ ਹੈ ਜੀ ਸੋ ਵੱਧਦੇ ਹਾਂ ਜੀ ਆਪਾਂ ਆਪਣੇ ਨੈਕਸਟ ਕੁਐਸਚਨ ਦੇ ਵੱਲ ਠੀਕ ਹੈ ਸੋ 21st ਆਪਣਾ ਕੁਐਸਚਨ ਹੈ ਤਾਂ ਅਕੋਰਡਿੰਗ ਟੂ ਹੈਲਥ ਐਕਸਪਰਟ ਆਫ ਵਿਚ ਕੰਟਰੀ if we do not find the origin of corona early ta then we should be ready for facing covid 26 and covid 32 ta agar aap corona di shuruaat di pata na kita theek hai ta corona 26 bhi aa sakda hai te corona 32 bhi aa sakda hai theek hai ta eh jo keha eh america di agency ne keha theek hai america de health expert ne keha ta inhan ne keha ki 90 dinan vich aapan nu jaldi corona de jo udgam das ਪਤਾ ਕਰਨਾ ਪਵੇਗਾ ਕਿ ਕਿਵੇਂ ਸ਼ੁਰੂ ਹੋਇਆ ਠੀਕ ਹੈ ਤਾਂ ਜੋ ਬਾਈਡਨ ਨੇ ਹਾਲ ਹੀ ਦੇ ਵਿੱਚ ਇੱਕ ਠੀਕ ਹੈ ਡਿਸੀਜਨ ਲਿਆ ਹੈ ਕਿ 90 ਦਿਨਾਂ ਵਿੱਚ ਸੈਕੂਰਿਟੀ ਏਜੰਸੀ ਨੂੰ ਕਿਹਾ ਹੈ ਕਿ ਪਤਾ ਕਰੋ ਜੀ ਇਸ ਦੇ ਉਦਗਮ ਦਾ ਠੀਕ ਹੈ ਤਾਂ ਅਗਰ ਇਸ ਦੇ ਉਦਗਮ ਦਾ ਪਤਾ ਨਾ ਕੀਤਾ ਤਾਂ ਕੋਵਿਡ 26 ਅਤੇ ਕੋਵਿਡ 32 ਵੀ ਫਿਚਰ ਵਿੱਚ ਆ ਸਕਦਾ ਠੀਕ ਹੈ ਜੀ ਥੈਨ ਆਪਣਾ ਪਾਈਮਾ ਕੁਐਸਚਨ ਹੈ ਤਾਂ ਵਿਚ ਕੰਟਰੀਜ਼ ਹਾਕੀ ਟੀਮ ਟਾਪਡ ਐਟ ਦਾ ਰੀਸੈਂਟ रिसेंटली रिलज एफ आई एच वर्ल्ड होकी रैंकिंगस होकी दया जो रैकिंगस आई तो इस जो बेलजियम है जी इसने टॉप किया है ठीक है बेलजियम ने टॉप किया है जो इंडिया की रैंक है जी इंडिया की रैंक है जी फोर्थ ठीक है हॉकी होकी दैंकिंग वर्ल्ड हॉकी होकी रैंकिंगस इंडिया की रैंक है फोर्थ एंड बेलजीयम ने टॉप किया है ठीक है अब बेलजियम की कैपिटल लार्जस सिटी है जी ब्रूसल्स ठीक है तो ब्रूसल्स में किसते हैडक्वाटर सन तो ब्रूसल्स में नॉर्थ अटलांटिक ਕੁਇਟੀ ਆਰਗੇਨਾਈਜੇਸ਼ਨ ਯਾਨੀ ਨਾਟੋ ਦੇ ਹੈਡਕ quartਰਸ ਹਨ ਅਤੇ ਯੂਰੋਪੀਅਨ ਯੂਨੀਅਨ ਦੇ ਵੀ ਹੈਡਕ quarters ਕਿੱਥੇ ਹਨਗੇ ਆਪਾਂ ਨੂੰ ਜੀ ਬੈਲਜੀਅਮ ਵਿੱਚ ਯਾਨੀ ਬਰੂਸਲਸ ਦੇ ਵਿੱਚ ਠੀਕ ਹੈ ਥੈਨ ਆਪਣਾ 23ਵਾਂ ਕੁਐਸਚਨ ਹੈ ਤਾਂ ਵਿਚ ਪਲੇਅਰ ਹੈਜ਼ ਰੈਂਕਡ ਇਨ ਦਾ ਲਿਸਟ ਆਫ ਹੰਡਰਡ ਹਾਈਐਸਟ ਪੇਡ ਪਲੇਅਰਸ ਤਾਂ ਸਭ ਤੋਂ ਜ਼ਿਆਦਾ ਕਮਾਊ ਖਿਡਾਰੀ ਜਾਂ ਸਭ ਤੋਂ ਅਮੀਰ ਖਿਡਾਰੀ 55 ਨਾ 100 ਖਿਡਾਰੀਆਂ ਵਿੱਚੋਂ ਆਪਣੇ ਵਿਰਾਟ ਕੋਹਲੀ ਦਾ ਨਾਮ ਵੀ ਆਇਆ ਹੈ ਜੀ 44th ਨੰਬਰ ਠੀਕ ਹੈ 44th ਪਰਤੇ ਵਿਰਾਟ ਕੋਹਲੀ ਦਾ ਨਾਮ ਆਇਆ ਹੈ ਠੀਕ ਹੈ ਜੀ ਅਤੇ ਦੁਨੀਆ ਦਾ ਸਭ ਤੋਂ ਅਮੀਰ ਖਿਡਾਰੀ ਠੀਕ ਹੈ ਤਾਂ ਜਿਸ ਦੀ ਨੈਟ ਵਰਥ 100 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ ਤਾਂ ਉਹ ਹੈ ਜੀ ਕੋਨਰ ਮੈਗਰੋਰ ਠੀਕ ਹੈ ਇਸ ਬਾਰੇ ਪਹਿਲਾਂ ਵੀ ਆਪਾਂ ਚਰਚਾ ਕੀਤੀ ਸੀ ਟੌਪਸ ਦੀ ਲਿਸਟ ਵਿੱਚ ਨੰਬਰ 1 ਤੇ ਹੈ ਜੀ ਕੋਨਰ ਮੈਗਰੋਰ ਠੀਕ ਹੈ ਟੂ WhatsApp ਗਰੁੱਪਸ ਦਾ ਹਿਸਾਬ ਨਾਲੀ ਸਿੰਪਲੀ ਤੁਸੀਂ ਆਪ ਦਾ ਨੇਮ ten of the paper and then of the city male female mention karke aapne isme de sakte ho theek hai ji tatpazar de jo courses chal rahe han punjab police jail warden and martan theek hai is to ilawa tusi punjab patwari da crash course bhi join kar sakte ho and 82nd paper da course bhi apni application te chal rha hai and cooperative bank da jo course hai ye bhi recent launch hoya hai ji tatpazar application te ਤੁਸੀਂ ਸਿੰਪਲ ਕਰਨਾ ਹੈ ਜੀ ਟੈਟ ਬਜ਼ਰ ਐਪਲੀਕੇਸ਼ਨ ਇੰਸਟਾਲ ਕਰਨੀ ਹੈ ਤਾਂ ਉੱਥੇ ਸਾਨੂੰ ਕਾਫੀ ਸਾਰੇ ਕੋਰਸੇ ਵਿਕਣ ਨੂੰ ਮਿਲ ਜਾਣਗੇ ਠੀਕ ਹੈ ਤਾਂ ਉੱਥੇ ਹੀ ਤੁਸੀਂ ਉਹੀ ਪਰਚੇਸ ਕਰ ਸਕਦੇ ਹੋ ਠੀਕ ਹੈ ਅਤੇ ਫ੍ਰੀ ਡੈਮੋ ਲੈਕਚਰਸ ਵੀ ਵੇਖ ਸਕਦੇ ਹੋ ਠੀਕ ਹੈ ਥੈਨ ਆਪਣਾ 24th ਕੁਐਸਚਨ ਹੈ ਦੂ ਹੈਜ਼ ਰੀਸੈਂਟਲੀ ਬੀਕਮ ਦ 3rd ਇੰਡੀਅਨ ਆਈਟੀ ਫਰਮ ਟੂ ਅਚੀਵ ਅ ਮਾਰਕੀਟ ਕੈਪ ਆਫ 3 ਟ੍ਰਿਲੀਅਨ 3 ਟ੍ਰਿਲੀਅਨ ਤਾਂ 10 ਟ੍ਰਿਲੀਅਨ ਮਾਰਕੀਟ ਕੈਪ हासिल ਕਰਨ ਵਾਲੀ ਕੰਪਨੀ ਬਣੀ ਹੈ ਜੀ ਵਿਪਰੋ ਠੀਕ ਹੈ ਤਾਂ TCS ਅਤੇ Infosys ਤੋਂ ਬਾਅਦ 10 ਟ੍ਰਿਲੀਅਨ ਮਾਰਕੀਟ ਕੈਪ ਹਾਸਿਲ ਕਰਨ ਵਾਲੀ ਕੰਪਨੀ ਬਣੀ ਹੈ ਜੀ ਵਿਪਰੋ ਠੀਕ ਹੈ ਜੀ ਵਿਪਰੋ ਬਾਰੇ ਆਪਾਂ ਯਾਦ ਰੱਖਣਾ ਹੈ ਤੇ ਜੋ ਆਜ਼ਮ ਪ੍ਰੇਮ ਜੀ ਹਨ ਠੀਕ ਹੈ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਵਿਪਰੋ ਅਤੇ ਇੱਕ IT ਕੰਪਨੀ ਹੈ ਠੀਕ ਹੈ ਆਜ਼ਮ ਪ੍ਰੇਮ ਜੀ ਠੀਕ ਹੈ ਆਜ਼ਮ ਪ੍ਰੇਮ ਜੀ ਨੂੰ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਸਭ ਤੋਂ ਠੀਕ ਹੈ ਦੇ ਸਭ ਤੋਂ ਅਮੀਰ ਮੁਸਲਮਾਨ ਠੀਕ ਹੈ ਤਾਂ ਮੁਸਲਮਾਨ ਹਨ ਅਤੇ ਸਭ ਤੋਂ ਅਮੀਰ ਮੁਸਲਮਾਨ ਹਨ ਠੀਕ ਹੈ ਅਤੇ ਕਾਫੀ ਆਪਦੀਆਂ ਆਪਦੀ ਜੋ ਨੈਟਵਰਥ ਹੈ ਉਸ ਨੂੰ ਕਾਫੀ ਦਾਨ ਕਰਦੇ ਹਨ ਕਾਫੀ ਵੱਡੇ ਫਲੈਂਥਰੋਫਿਸਟ ਵੀ ਹਨ ਠੀਕ ਹੈ ਸਭ ਤੋਂ ਵੱਡੇ ਕਾਫੀ ਵੱਡੇ ਫਲੈਂਥਰੋਫਿਸਟ ਵੀ ਹਨ ਠੀਕ ਹੈ ਅਤੇ ਕਾਫੀ ਆਪਦੀ ਵਰਥ ਜੋ ਹੈ ਉਹ ਵੀ ਦਾਨ ਕਰਦੇ ਹਨ ਅਤੇ ਫਿਰ ਵੀ ਇਹ ਇੰਡੀਆ ਦੇ ਸਭ ਤੋਂ ਅਮੀਰ ਮੁਸਲਮਾਨ ਹਨ ਜੀ ਆਜ਼ਮ ਪ੍ਰੇਮ ਜੀ ਥੈਨ ਆਪਣਾ 95th 25th ਕੁਐਸਚਨ ਹੈ ਠੀਕ ਹੈ ਜੀ ਤਾਂ ਨੀਤੀ ਆਯੋਗ ਜੋ ਹੈ ਠੀਕ ਹੈ ਤਾਂ ਨੀਤੀ ਆਯੋਗ ਨੇ 3 ਜੂਨ 2021 ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲ ਜੋ ਕਿ ਐਸ ਡੀਜੀਸ ਠੀਕ ਹੈ ਤਾਂ ਇਸ ਦੀ ਜੋ 2020 ਦੀ ਇੱਕ ਰਿਪੋਰਟ ਆਈ ਸੀ ਤਾਂ ਇਸ ਨੇ ਜਾਰੀ ਕੀਤੀ ਹੈ ਤਾਂ ਇਸ ਦੇ ਦੁਆਰਾ ਦੱਸਣਾ ਹੈ ਕਿ ਨੰਬਰ 1 ਰੈਂਕ ਤੇ ਕੌਣ ਹੈ ਤਾਂ ਨੰਬਰ 1 ਇਸ ਵਿੱਚ ਰੈਂਕ ਤੇ ਜੋ ਹੈ ਜੀ ਉਹ ਹੈ ਜੀ ਕੇਰਲਾ ਠੀਕ ਹੈ ਤਾਂ ਕੇਰਲਾ ਦੀ ਰੈਂਕ ਹੈ ਜੀ ਇਸ ਤੇ ਨੰਬਰ 1 ਤਾਂ ਸਸਟੇਨੇਬਲ ਡਿਵੈਲਪਮੈਂਟ ਜੋ ਗੋਲਸ ਹਨ ਠੀਕ ਹੈ ਤਾਂ 2015 ਤੋਂ ਲੈ ਕੇ 2030 ਤੱਕ ਠੀਕ ਹੈ 2015 ਤੋਂ ਲੈ ਕੇ 2030 ਤੱਕ ਆਪਾਂ ਇਹ ਲਕਸ਼ਯਾ ਪ੍ਰਾਪਤ ਕਰਨੇ ਹਨ ਤਾਂ ਇਸ ਵਿੱਚ ਲਗਭਗ 17 ਗੋਲਸ ਹਨ ਠੀਕ ਹੈ ਅਤੇ ਜੋ 1972 ਵਿੱਚ ਜੋ ਸਟਾਕਹੋਮ ਵਿੱਚ ਸੰਮੇਲਨ ਹੋਇਆ ਸੀ ਤਾਂ ਉਹਨਾਂ ਵਿੱਚ ਇਸ ਪਹਿਲੀ ਵਾਰੀ ਸਟੇਨੇਬਲ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਸੀ ਠੀਕ ਹੈ ਤੇ ਇਹ 2018 ਤੋਂ ਸਟਾਰਟ ਹੋਈ ਸੀ ਜੀ ਠੀਕ ਹੈ ਤੇ ਇਹ 2020 ਦੀ ਰੈਂਕਿੰਗ ਵਿੱਚ ਜੋ ਨੰਬਰ 1 ਸਟੇਟ ਹੈ ਜੀ ਉਹ ਹੈ ਕੇਰਲਾ ਠੀਕ ਹੈ ਕੇਰਲਾ ਦਾ ਸਕੋਰ ਕਿੰਨਾ ਹੈ 75 ਅਤੇ ਜੋ ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਹਨ ਠੀਕ ਹੈ ਇਹ ਸੈਕੰਡ ਰੈਂਕ ਤੇ ਹਨ ਅਤੇ ਇਹਨਾਂ ਦਾ ਸਕੋਰ ਹੈ ਜੀ 74 ਠੀਕ ਹੈ ਕੇਰਲਾ ਸਕੋਰ ਹੈ 75 ਹਿਮਾਚਲ ਪ੍ਰਦੇਸ਼ ਤਾਮਿਲਨਾਡੂ ਸੈਕੰਡ ਹਨ ਇਹਨਾਂ ਦਾ ਸਕੋਰ ਹੈ ਜੀ ਸਸਟੇਨੇਬਲ ਡਿਵੈਲਪਮੈਂਟ ਗੋਲ ਜੋ ਇੰਡੈਕਸ ਆਇਆ ਹੈ 74 ਅਤੇ ਜੋ ਬਿਹਾਰ ਝਾਰਖੰਡ ਤੇ ਅਸਾਮ ਹਨ ਐਂਡ ਇਹ ਵਰਸਟ ਪਰਫਾਰਮਿੰਗ ਸਟੇਟਸ ਹਨ ਠੀਕ ਹੈ ਇਹਨਾਂ ਦੀ ਹਾਲਤ ਕਾਫੀ ਖਰਾਬ ਹੈ ਜੋ ਕਿ ਸਸਟੇਨੇਬਲ ਡਿਵੈਲਪਮੈਂਟ ਦੇ ਜੋ ਗੋਲ ਆਪਾਂ ਪ੍ਰਾਪਤ ਕਰਨੇ ਹਨ ਤਾਂ ਇਹ ਜੋ ਗੋਲਸ ਹਨ ਇਸ ਵਿੱਚ ਬੇਸਿਕਲੀ ਆਪਾਂ ਡਿਵੈਲਪਮੈਂਟ ਵੀ ਕਰਨੀ ਹੈ ਅਤੇ ਨਾਲੇ ਵਾਤਾਵਰਨ ਦਾ ਧਿਆਨ ਵੀ ਰੱਖਣਾ ਹੈ ਤਾਂ ਬੇਸਿਕਲੀ ਗੱਲ ਸਾਰੀ ਇਹ ਹੈ ਕਿ ਡਿਵੈਲਪਮੈਂਟ ਵੀ ਕਰਨੀ ਹੈ ਅਤੇ ਵਾਤਾਵਰਨ ਨੂੰ ਵੀ ਨਾਲੇ ਲੈ ਕੇ ਚੱਲਣਾ ਹੈ ਠੀਕ ਹੈ ਤਾਂ ਨੀਤੀ ਆਯੋਗ ਬਾਰੇ ਗੱਲ ਕਰੀਏ ਤਾਂ ਨੀਤੀ ਆਯੋਗ ਤਾਂ ਨੀਤੀ ਆਯੋਗ ਇਸ ਦੀ ਫੁੱਲ ਫਾਰਮ ਹੈ ਨੈਸ਼ਨਲ ਇੰਸਟੀਟਿਊਸ਼ਨ ਫੋਰ ਟਰਾਂਸਫਾਰਮਿੰਗ ਇੰਡੀਆ ਤਾਂ ਇੰਡੀਆ ਨੂੰ ਬਦਲਣ ਵਾਸਤੇ ਜੋ ਇੰਸਟੀਟਿਊਸ਼ਨ ਬਣਾਈ ਗਈ ਹੈ ਉਹ ਹੈ ਜੀ ਨੀਤੀ ਆਯੋਗ ਤਾਂ ਨੀਤੀ ਆਯੋਗ ਕਦੋਂ ਬਣਾਈ ਸੀ ਜੀ 1 ਜਨਵਰੀ 2015 ਨੂੰ ਠੀਕ ਹੈ 1 ਜਨਵਰੀ 2015 ਨੂੰ ਤਾਂ ਇਸ ਦੇ ਜੋ ਕੀ ਪਰਸਨਸ ਆ ਯਾਨੀ ਮੇਨ ਬੰਦੇ ਜੋ ਨੀਤੀ ਆਯੋਗ ਦੇ ਕੋਣ ਹਨ ਤਾਂ ਨਰਿੰਦਰ ਮੋਦੀ ਜੋ ਹਨ ਉਹ ਇਸ ਦੇ ਚੇਅਰਮੈਨ ਹਨ ਠੀਕ ਹੈ ਇਸ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦਾ ਹਮੇਸ਼ਾ ਚੇਅਰਮੈਨ ਹੋਏਗਾ ਜੀ ਨੀਤੀ ਆਯੋਗ ਦਾ ਅਤੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਹਨ ਠੀਕ ਹੈ ਵਾਈਸ ਚੇਅਰਮੈਨ ਕੋਣ ਹਨ ਰਾਜੀਵ ਕੁਮਾਰ ਅਤੇ ਨੀਤੀ ਆਯੋਗ ਦੇ ਜੋ ਸੀਈਓ ਹਨ ਯਾਨੀ ਚੀਫ ਐਗਜ਼ੀਕਿਊਟਿਵ ਆਫੀਸਰ ਤਾਂ ਨੀਤੀ ਆਯੋਗ ਦੇ ਸੀਈਓ ਕੋਣ ਹਨ ਅਮਿਤ ਆਬ ਕਾਂਤ ਠੀਕ ਹੈ ਇਸ ਸਾਰ ਕੁਝ ਤੁਸੀਂ ਨੀਤੀ ਆਯੋਗ ਬਾਰੇ ਯਾਦ ਰੱਖ ਸਕਦੇ ਹੋ ਸੋ ਦੈਨ 26th ਕੁਐਸਚਨ ਦੀ ਗੱਲ ਕਰੀਏ ਤਾਂ ਵਿੱਚ ਗਵਰਨਮੈਂਟ ਹੈਜ਼ ਰੀਸੈਂਟਲੀ ਲਾਂਚਡ ਅ ਕੋਵਿਡ ਕਰੋਨਾ ਫ੍ਰੀ ਵਿਲੇਜ ਕੰਪੀਟੀਸ਼ਨ ਤਾਂ ਜੋ ਕਰੋਨਾ ਮੁਕਤ ਪਿੰਡ ਸੀ ਠੀਕ ਹੈ ਕਰੋਨਾ ਮੁਕਤ ਪਿੰਡ ਇਹ ਤਾਂ ਅਭਿਆਨ ਚਲਾਇਆ ਗਿਆ ਸੀ ਪੰਜਾਬ ਸਰਕਾਰ ਦੁਆਰਾ ਅਤੇ ਹੁਣ ਰੀਸੈਂਟਲੀ ਇੱਕ ਕੰਪੀਟੀਸ਼ਨ ਚਲਾਇਆ ਗਿਆ ਹੈ कोरोना फ्री विलेज कंपटीशन ठीक है ताए चलाया जा, जा रहा है जी महाराष्ट्र ਦੇ ਵਿੱਚ ਤਾਂ ਇਸ ਵਿੱਚ ਜੋ ਪੰਚਾਇਤ ਜੋ ਕਿ ਨੰਬਰ 1 ਨੰਬਰ 2 ਨੰਬਰ 3 ਤੇ ਰਹਿਣਗੇ ਠੀਕ ਹੈ ਉਹਨਾਂ ਨੂੰ ਨੰਬਰ 1 ਨੂੰ ਮਿਲੇਗਾ ਜੀ 50 ਲੱਖ ਅਤੇ ਨੰਬਰ 2 ਨੂੰ 25 ਲੱਖ ਅਤੇ 3rd ਨੂੰ 15 ਲੱਖ ਰਿਸਪੈਕਟਿਵਲੀ ਠੀਕ ਹੈ ਤਾਂ ਇਹ ਜੋ ਹੈ করোনা ਫਰੀ ਵਿਲੇਜ ਕੰਪੀਟੀਸ਼ਨ ਤਾਂ ਇਸ ਦੇ ਕਾਫੀ ਫਾਇਦੇ ਹਨ ਇੱਕ ਤਾਂ ਵਿਲੇजेस ਨੂੰ করোনা ਫਰੀ ਕੀਤਾ ਜਾਏਗਾ ਤੇ ਉਹਨਾਂ ਨੂੰ ਗ੍ਰਾਂਟਸ ਵੀ ਮਿਲਣਗੀਆਂ ਠੀਕ ਹੈ इनिशिएटिव है जी महाराष्ट्र सरकार का दैन अपना नैक्सट क्वेश्चन है जी वू हैज बीन अपॉइंटेड एज द डिप्टी चीफ ऑफ एयर स्टाफ ऑफ इंडियन वायुसेना ठीक है इंडियन एयरफोर्स के जो एयर स्टाफ के जो वाइस वाइस कह लो डिप्टी चीफ कह लो ठीक है कौन बने हाँ ये हैं जी ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਏਅਰ ਮਾਰਸ਼ਲ ਜੋ ਵਿਵੇਕ ਰਾਮ ਚੌਧਰੀ ਹਨ ਇਹ ਬਣੇ ਹਨ ਜੀ ਆਪਣੀ ਜੋ ਡਿਪਟੀ ਬਣੇ ਹਨ ਚੀਫ ਆਫ ਏਅਰ ਸਟਾਫ ਦੇ ਠੀਕ ਹੈ ਤਾਂ ਤੁਸੀਂ ਇੰਨਾ ਯਾਦ ਰੱਖ ਲਿਓ ਇੰਨਾ ਬਾਰੇ ਅਤੇ ਜੋ ਆਰ ਕੇ ਐਸ ਪਦੋਰੀਆ ਹਨ ਠੀਕ ਹੈ ਆਰ ਕੇ ਐਸ ਪਦੋਰੀਆ ਇਹ ਹਨ ਜੀ ਆਪਣੇ ਏਅਰ ਚੀਫ ਮਾਰਸ਼ਲ ਯਾਨੀ ਨੇਵੀ ਆਪਣੀ ਜੋ ਏਅਰ ਫੋਰਸ ਹੈ ਉਸ ਦੇ ਹੈੱਡ ਹਨ ਆਰ ਕੇ ਐਸ ਪਦੋਰੀਆ 128th क्वेश्चन दी ਗੱਲ ਕਰ ਲੈਣੇ ਹਾਂ ਤਾਂ ਵਿੱਚ ਦਾ ਰੀਸੈਂਟਲੀ افریقਨ ਜੋ ਯੂਨੀਅਨ ਹੈ ਉਸਨੇ ਸਸਪੈਂਡ ਕੀਤੀ ਹੈ ਜੀ ਮੈਂਬਰਸ਼ਿਪ ਕਿਹੜੇ ਦੇਸ਼ ਦੀ ਠੀਕ ਹੈ ਤਾਂ افریقਨ ਜੋ ਯੂਨੀਅਨ ਹੈ ਨੇ ਮੈਂਬਰਸ਼ਿਪ ਸਸਪੈਂਡ ਕੀਤੀ ਹੈ ਜੀ ਮਾਲੀ ਦੀ ਠੀਕ ਹੈ ਮਾਲੀ ਦੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਹੈ ਠੀਕ ਹੈ ਕਿਉਂਕਿ ਇੱਥੇ ਸੱਤਾ ਪਲਟ ਹੋਇਆ ਹੈ ਤਾਂ ਮਾਲੀ ਵਿੱਚ ਜੋ ਮਿਲਟਰੀ ਹੈ ਮਿਲਟਰੀ ਦਾ ਮਿਲਟਰੀ ਦਾ ਹੈੱਡ ਸੀ ਠੀਕ ਹੈ ਇਸਨੇ ਜੋ ਇਸ ਤੇ ਪ੍ਰੈਜ਼ੀਡੈਂਟ ਹਨ ਬਾਰਨ ਡਾ ਹੈ ਠੀਕ ਹੈ ਐਂਡ ਪ੍ਰਾਈਮ ਮਿਨਿਸਟਰ ਹਨ ਮੁਖਤਰ ਹੁਨੇਨ ਠੀਕ ਹੈ ਤਾਂ ਇਹਨਾਂ ਨੂੰ ਕੈਦ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਹੈ ਠੀਕ ਹੈ ਜੋ ਮਾਲੀ ਦੇ ਐਡਸਨ ਮਾਲੀ ਦੇ ਜੋ ਆਰਮੀ ਸੀ ਠੀਕ ਹੈ ਮਾਲੀ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਇਹ ਆਪਣਾ ਹੈ ਜੀ ਅਫਰੀਕਾ ਤੇ ਵੈਸਟ ਅਫਰੀਕਾ ਵਿੱਚ ਜੋ ਗ੍ਰੀਨ ਕੀਤਾ ਹੋਇਆ ਹੈ ਜੀ ਇਹ ਹੈ ਜੀ ਮਾਲੀ ਠੀਕ ਹੈ ਮਾਲੀ ਕੰਟਰੀ ਦੀ ਗੱਲ ਕਰੀਏ ਤਾਂ ਮਾਲੀ ਦੀ ਜੋ ਕੈਪੀਟਲ ਅਤੇ ਲਾਰਜ ਸਿਟੀ ਹੈ ਜੀ ਉਹ ਹੈ ਜੀ ਬਾਮਾਕੋ ਠੀਕ ਹੈ ਕੈਪੀਟਲ ਐਂਡ ਲਾਰਜ ਸਿਟੀ ਹੈ ਜੀ ਬਾਮਾਕੋ ਅਤੇ ਇਸ ਵਿੱਚ ਬੋਲੀ ਜਾਂਦੀ ਹੈ ਜੀ ਫ੍ਰੈਂਚ ਠੀਕ ਹੈ ਤਾਂ ਫ੍ਰੈਂਚ ਇੱਥੇ ਹੈ ਜੀ ਠੀਕ ਹੈ ਅਤੇ ਮਾਲੀ ਇੱਥੇ ਹੈ ਅਤੇ ਫ੍ਰਾਂਸ ਨੇ ਮਾਲੀ ਨੂੰ ਆਪਣਾ ਜੋ ਕਲੋਨੀ ਬਣਾ ਕੇ ਰੱਖਿਆ ਸੀ ਕਾਫੀ ਟਾਈਮ ਲਈ ਠੀਕ ਹੈ ਤਾਂ ਇਸ ਲਈ ਇੱਥੇ ਫ੍ਰੈਂਚ ਹੀ ਪ੍ਰਚਲਿਤ ਹੈ ਠੀਕ ਹੈ ਫ੍ਰੈਂਚ ਬੋਲੀ ਜਾਂਦੀ ਹੈ ਜੀ ਮਾਲੀ ਦੇ ਵਿੱਚ ਅਜੇ ਵੀ ਫ੍ਰਾਂਸ ਦਾ ਕਾਫੀ ਦਬਦਬਾ ਹੈ ਜੀ ਮਾਲੀ ਵਿੱਚ ਠੀਕ ਹੈ ਤੇ ਮਾਲੀ ਦੇ ਜੋ ਗੋਲਡ ਰਿਜ਼ਰਵ ਵੀ ਹਨ ਉਹ ਵੀ ਫ੍ਰਾਂਸ ਦੇ ਬੈਂਕਾਂ ਵਿੱਚ ਹੀ ਪਏ ਹੋਏ ਆ ਠੀਕ ਹੈ ਅਤੇ ਫ੍ਰਾਂਸ ਦੀ ਆਰਮੀ ਕਾਫੀ ਕੰਟਰੋਲ ਕਰਦੀ ਹੈ ਜੀ ਮਾਲੀ ਦੇ ਜੋ ਠੰ ਠੀਕ ਹੈ ਜੋ ਅਲਗਾਵਾਦੀ ਗੁੱਠਾਂ ਠੀਕ ਹੈ ਫ੍ਰਾਂਸ ਦੀ ਉਹਨਾਂ ਦੀ ਆਰਮੀ ਉਸਨੂੰ ਕੰਟਰੋਲ ਕਰਦੀ। ਦਨ ਜੋ ਆਪਣਾ 29th ਕੁਐਸਚਨ ਹੈ ਤਾਂ ਰੀਸੈਂਟਲੀ ਡਿਸਕਸਡ ਰੈਡ ਟੂਰਿਜ਼ਮ ਠੀਕ ਹੈ ਰੈਡ ਟੂਰਿਜ਼ਮ ਹਾਲੀ ਦੇ ਵਿੱਚ ਚਰਚਾ ਵਿੱਚ ਸੀ ਤਾਂ ਰੈਡ ਟੂਰਿਜ਼ਮ ਕੀ ਹੈ ਤਾਂ ਜੋ ਚਾਈਨਾ ਹੈ ਠੀਕ ਹੈ ਉੱਥੇ ਤੁਹਾਨੂੰ ਪਤਾ ਹੈ ਕਿ ਜੋ ਮਾਰਕਸਵਾਦੀ ਪਾਰਟੀ ਹੈ ਕਮਿਊਨਿਸਟ ਪਾਰਟੀ ਹੈ ਠੀਕ ਹੈ ਕਮਿਊਨਿਸਟ ਪਾਰਟੀ ਤਾਂ ਕਮਿਊਨਿਸਟ ਜੋ ਪਾਰਟੀ ਹੈ ਉਹ ਆਪਣਾ ਪ੍ਰੋਪਾਗੈਂਡਾ ਹਮੇਸ਼ਾ ਚਲਾਉਂਦੀ ਹੈ ਠੀਕ ਹੈ ਅਤੇ 1921 ਵਿੱਚ ਇਸ ਦੀ ਸਥਾਪਨਾ ਹੋਈ ਸੀ ਤਾਂ ਕਮਿਊਨਿਸਟ ਪਾਰਟੀ ਜੋ ਹੈ ਉਹ ਆਪਣੀ ਜੋ ਕਮਿਊਨਿਸਟ ਪਾਰਟੀ ਨਾਲ ਸੰਬੰਧਿਤ ਜੋ ਥਾਵਾ ਹਨ ਠੀਕ ਹੈ ਉਸ ਨਾਲ ਸੰਬੰਧਿਤ ਜੋ ਥਾਵਾ ਹਨ ਉਹਨਾਂ ਤੇ ਜੋ ਟੂਰਿਜ਼ਮ ਨੂੰ ਵਧਾਵਾ ਦੇਗੀ ਠੀਕ ਹੈ ਤਾਂ ਉਸ ਟੂਰਿਜ਼ਮ ਨੂੰ ਵਧਾਵਾ ਦੇਣਾ ਸਿੰਪਲੀ ਕੀ ਹੋਏਗਾ ਕਿ ਲੋਕਾਂ ਦੇ ਮਨ ਵਿੱਚ ਜੋ ਕਮਿਊਨਿਸਟ ਪਾਰਟੀ ਹੈ ਉਸ ਪ੍ਰਤੀ ਜੋ ਵਿਚਾਰ ਆਣਗੇ ਠੀਕ ਹੈ ਅਤੇ ਉਹ ਆਪ ਇੱਕ ਤਰ੍ਹਾਂ ਦੀ ਦੇਸ਼ ਭਗਤੀ ਪੈਦਾ ਹੋਏਗੀ ਠੀਕ ਹੈ ਤਾਂ ਕਮਿਊਨਿਸਟ ਪਾਰਟੀ ਹੈ ਜੀ ਚਾਈਨਾ ਦੇ ਵਿੱਚ ਇੱਕ ਅਤੇ ਲਗਭਗ ਸਿਰਫ ਇੱਕੋ ਹੀ ਪਾਰਟੀ ਹੈ ਚਾਈਨਾ ਦੇ ਵਿੱਚ ਅਤੇ ਲੋਕ ਵੋਟ ਵੀ ਪਾਉਂਦੇ ਹਨ ਤਾਂ ਸਿਰਫ ਇੱਕੋ ਹੀ ਪਾਰਟੀ ਨੂੰ ਜਾਂਦਾ ਹੈ ਠੀਕ ਹੈ ਜੀ ਦੈਨ ਆਪਣਾ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਤਾਂ ਵਿਚ ਇੰਸਟੀਟਿਊਸ਼ਨ ਟੌਪ ਦਾ ਕੰਟਰੀ ਇਨ ਦੋ ਕੀ ਇੱਕ ਇੰਡੈਕਸ ਹੈ ਜੀ ਦ ਟਾਈਮਸ ਹਾਇਰ ਐਜੂਕੇਸ਼ਨ ਠੀਕ ਹੈ ਦਾ ਇਹ ਰਿਪੋਰਟ ਆਈ ਜੀ ਦਿ ਟਾਈਮਸ ਹਾਇਰ ਐਜੂਕੇਸ਼ਨ ਤਾਂ ਇਸ ਵਿੱਚ ਜੋ ਏਸ਼ੀਆ ਯੂਨੀਵਰਸਿਟੀ ਰੈਂਕਿੰਗਸ 2021 ਵਿੱਚ ਠੀਕ ਹੈ ਤਾਂ ਏਸ਼ੀਆ ਯੂਨੀਵਰਸਿਟੀ ਰੈਂਕਿੰਗਸ 2021 ਆਈਆਂ ਸੀ ਠੀਕ ਹੈ ਤਾਂ ਇਸ ਵਿੱਚ ਜੋ ਭਾਰਤ ਦਾ ਜੋ ਆਇਆ ਹੈ ਉਹ ਆਇਆ ਹੈ ਜੀ ਆਈਆਈਟੀ ਰੋਪੜ ਠੀਕ ਹੈ ਆਈਆਈਟੀ ਰੋਪੜ ਆਇਆ ਹੈ ਜੀ ਭਾਰਤ ਦਾ ਇਸ ਵਿੱਚ ਠੀਕ ਹੈ ਆਈਆਈਟੀ ਰੋਪੜ ਭਾਰਤ ਦਾ ਕਿਸ ਰੈਂਕ ਤੇ ਆਇਆ ਜੀ 55 ਸਪੋਰਟ ਤੇ ਆਇਆ ਹੈ ਜੀ ਆਈਆਈਟੀ ਰੋਪੜ ਭਾਰਤ ਦਾ ਠੀਕ ਹੈ ਅਤੇ ਜੋ ਪੰਜਾਬ ਯੂਨੀਵਰਸਿਟੀ ਹੈ ਇਹ ਹਾਲੀ ਦੇ ਵਿੱਚ 27 ਰੈਂਕ ਗਿਰ ਗਈ ਠੀਕ ਹੈ ਪੰਜਾਬ ਯੂਨੀਵਰਸਿਟੀ ਦਾ ਵੀ ਇਸ ਵਿੱਚ 175ਵਾਂ ਸਥਾਨ ਆਇਆ ਹੈ ਅਤੇ ਪੰਜਾਬ ਯੂਨੀਵਰਸਿਟੀ ਟੌਪ 150 ਵਿੱਚ ਵੀ ਨਹੀਂ ਆ ਸਕੀ ਠੀਕ ਹੈ ਪੰਜਾਬ ਯੂਨੀਵਰਸਿਟੀ ਜੋ ਕਿ ਆਪਣੀ ਚੰਡੀਗੜ੍ਹ ਦੇ ਵਿੱਚ ਹੈ ਠੀਕ ਹੈ ਅਤੇ ਪੰਜਾਬ ਯੂਨੀਵਰਸਿਟੀ ਇਸ ਦੇ ਵਿੱਚ ਗਿਰ ਗਈ ਠੀਕ ਹੈ ਐਂਡ ਜੋ IIT ਆਪਣੀ ਰੋਪੜ ਹੈ ਉਸ ਦਾ 55ਵਾਂ ਸਥਾਨ ਹੈ ਠੀਕ ਹੈ ਅਤੇ ਜੋ ਨੰਬਰ 1 ਯੂਨੀਵਰਸਿਟੀ ਹੈ ਉਹ ਹੈ ਜੀ ਚਾਈਨਾ ਦੀ ਯੂਨੀਵਰਸਿਟੀ ਜਿਸ ਦਾ ਨਾਮ ਹੈ ਜੀ शिंगुआ यूनिवर्सिटी ठीक है शिंगुआ यूनिवर्सिटी तो चाइना दी है वो है जी नंबर वन ठीक है एशिया यूनिवर्सिटी रैंकिंग्स दे विच देन 31st क्वेश्चन सो so, काफी इंपॉर्टेंट क्वेश्चन ठीक है ता व्हेन हैज वर्ल्ड बाईसाइकल डे बीन सेलिब्रेटेड रिसेंटली तो तीन जून नु मनाया गया जी विश्व बाईसाइकल दिवस ठीक है दोपैया ਵahan दिवस ਟਿਕ ਬਾਈਸਾਈਕਲ ਦਿਵਸ ਠੀਕ ਹੈ ਬੇਸਿਕਲੀ ਸਾਈਕਲ ਦੀ ਗੱਲ ਕੀਤੀ ਗਈ ਹੈ ਤਾਂ 3 ਜੂਨ ਨੂੰ ਬਣਾਇਆ ਗਿਆ ਜੀ ਯੂਨਾਈਟਿਡ ਨੇਸ਼ਨ ਵੱਲੋਂ ਮਨਾਇਆ ਜਾਂਦਾ ਹੈ ਠੀਕ ਹੈ ਵਿਸ਼ਵ ਬਾਈਸਾਈਕਲ ਦਿਵਸ ਠੀਕ ਹੈ 3 ਜੂਨ ਨੂੰ ਮਨਾਇਆ ਗਿਆ ਸੋ ਇਸ ਕੁਐਸਚਨ ਬਾਰੇ ਇਹਨਾਂ ਬਾਰੇ ਆਪਾਂ ਗੱਲ ਵੀ ਕੀਤੀ ਸੀ ਸੋ ਇੱਥੇ ਆਪਾਂ ਇਹਨਾਂ ਦੀ ਤਸਵੀਰ ਵੀ ਦੇਖ ਲੈਣੇ ਹਾਂ ਤਾਂ who will become the new prime minister of israel with the recent alliance with israel's opposition political parties ਇਸرائیਲ ਠੀਕ ਹੈ ਤਾਂ ਇੱਥੇ ਜੋ ਪਹਿਲੇ ਪੀਐਮ ਸਨ ਕੌਣ ਸਨ ਬੈਂਜਾਮਿਨ ਨੇਤਨਯਾਹੁ ਠੀਕ ਹੈ ਤਾਂ ਉਹਨਾਂ ਨੇ ਤੁਹਾਨੂੰ ਪਤਾ ਹੈ ਹਮਾਸ ਤੇ ਕਾਫੀ ਹਮਲੇ ਕਰਾਏ ਠੀਕ ਹੈ ਤਾਂ ਉਹਨਾਂ ਦੀ ਹੁਣ ਜੋ ਉਹਨਾਂ ਕੋਲ ਬਹੁਮਤ ਨਹੀਂ ਸੀ ਠੀਕ ਹੈ ਤਾਂ ਉਹਨਾਂ ਦਾ ਜੋ ਪਦ ਪਰ ਛਿੰਗਿਆ ਠੀਕ ਹੈ ਅਤੇ ਜੋ ਆਪੋਜੀਟ ਪਾਰਟੀ ਇੱਕ ਗੈਰ ਲਿਪਿਡ ਅਤੇ ਇੱਕ ਨੇਫਟਲੀ ਬਿਨਟ ਠੀਕ ਹੈ ਤਾਂ ਇਹਨਾਂ ਨੇ ਗਠਜੋੜਨ ਕਰ ਲਿਆ ਠੀਕ ਹੈ ਤਾਂ 2022 ਤੱਕ ਰਹੇਗਾ ਜੀ ਨੇਫਟਾਲੀ ਬੈਨਟ ਠੀਕ ਹੈ ਉਸ ਤੋਂ ਬਾਅਦ 2-3 ਸਾਲ ਰਹੇਗਾ ਜੀ ਯਾਰ ਲੇਪਿਡ ਠੀਕ ਹੈ ਤਾਂ ਹੁਣ ਜੋ ਬਨੇ ਹਨ ਸਾਈਮਨਿਸਟਰ ਉਹ ਬਨੇ ਹਨ ਜੀ ਨੇਫਟਾਲੀ ਬੈਨਟ ਠੀਕ ਹੈ ਤਾਂ ਇਹ ਹਨ ਜੀ ਨੇਫਟਾਲੀ ਬੈਨਟ ਠੀਕ ਹੈ ਅਤੇ ਇਹ ਐਕਸਟਰੀਮਿਸਟ ਰਾਈਟ ਵਿੰਗ ਰਾਈਟ ਵਿੰਗ ਨੂੰ ਸਪੋਰਟ ਕਰਦੇ ਹਨ ਕਾਫੀ ਜ਼ਿਆਦਾ ਠੀਕ ਹੈ ਇਹ ਤਾਂ ਇਸ ਤਰ੍ਹਾਂ ਕਹਿੰਦੇ ਹਨ ਕਿ ਹਮਾਸ ਨੂੰ ਖਤਮ ਕਰ ਦਿਓ ਠੀਕ ਹੈ ਪੈਲੇਸਟਾਈਨ ਨੂੰ ਖਤਮ ਕਰ ਦਿਓ ਇਸ ਤਰ੍ਹਾਂ ਕਹਿੰਦੇ ਹਨ ਠੀਕ ਹੈ ਨੇਫਟਾਲੀ ਬੈਨਟ ਬਨੇ ਹਨ ਜੀ ਨਵੇਂ ਪ੍ਰਾਈਮ ਮਿਨਿਸਟਰ ਕਿੱਥੋਂ ਦੇ ਇਜ਼ਰਾਈਲ ਦੇ ਠੀਕ ਹੈ इजराइल दी कैपिटल तेलवी वेखी सी अते इजराइल दी संसद नु की कंदे हां आपा नेसेट ठीक है नेसेट कंदे हां इजराइल दी संसद संसद नु कंदे हां इजराइल दी नु ठीक है जी तो देन अपना थर्टी थर्ड क्वेश्चन है ता विच स्टेट गवर्नमेंट हैज रिसेंटली कंडक्टेड अ डिजिटल सर्वे ऑफ एग्रीकल्चर लैंड ਤਾਂ ਜੋ ਖੇਤੀਬਾੜੀ ਲਈ ਜ਼ਮੀਨ ਹੁੰਦੀ ਹੈ ਉਸ 'ਤੇ ਡਿਜੀਟਲ ਸਰਵੇ ਕਿਸ ਨੇ ਕੀਤਾ ਤਾਂ ਜੋ ਤੇਲੰਗਾਨਾ ਸਟੇਟ ਹੈ ਠੀਕ ਹੈ ਤਾਂ ਅੱਜ ਆਪਾਂ ਕਾਫੀ ਤੇਲੰਗਾਨਾ ਬਾਰੇ ਪੜ੍ਹ ਲਿਆ ਹੈ ਠੀਕ ਹੈ ਤਾਂ ਤੁਸੀਂ ਸਾਰੇ ਉਸ ਕੁਐਸਚਨ ਵਿੱਚ ਪੜਿਆ ਸੀ ਸੋ ਫਿਰ ਰਿਮਾਈਂਡ ਕਰਨਾ ਆਪਦੇ ਮਾਈਂਡ ਵਿੱਚ ਤਾਂ ਤੇਲੰਗਾਨਾ ਠੀਕ ਹੈ 2 ਜੂਨ ਨੂੰ ਠੀਕ ਹੈ ਬਣਾਈ ਗਈ ਸੀ ਠੀਕ ਹੈ ਤਾਂ ਜੋ ਤੇਲੰਗਾਨਾ ਡੇ ਆਪਾਂ ਰੀਸੈਂਟਲੀ ਮਨਾਇਆ ਸੀ ਅਤੇ ਤੇਲੰਗਾਨਾ ਨੇ ਹਾਲ ਹੀ ਦੇ ਵਿੱਚ ਡਿਜੀਟਲ ਸਰਵੇ ਕੰਡਕਟ ਕੀਤਾ ਹੈ ਠੀਕ ਹੈ ਜੀ ਡਿਜੀਟਲ ਸਰਵੇ ਲੈਂਡ ਦਾ ਐਗਰੀਕਲਚਰ ਸੈਂਡ ਦਾ ਕੰਡਕਟ ਕੀਤਾ ਤਾਂ ਆਪਣਾ 34th ਕੁਐਸਚਨ ਹੈ ਤਾਂ who has recently been elected as the ਇੰਟਰਨੈਸ਼ਨਲ ਡੇਰੀ ਫੈਡਰੇਸ਼ਨ ਬੋਰਡ ਠੀਕ ਹੈ ਇੰਟਰਨੈਸ਼ਨਲ ਡੇਰੀ ਡੇਰੀ ਜੋ ਫੈਡਰੇਸ਼ਨ ਬੋਰਡ ਹੈ ਉਸ ਲਈ ਇਹਨਾਂ ਵਿੱਚੋਂ ਕਿਸ ਨੂੰ ਚੁਣਿਆ ਗਿਆ ਤਾਂ ਆਰਐਸ ਸੋਡੀ ਠੀਕ ਹੈ ਜੋ ਅਮੂਲ ਠੀਕ ਹੈ ਅਮੂਲ ਜੋ ਕੰਪਨੀ ਹੈ ਠੀਕ ਹੈ ਕਾਫੀ ਵਰੀ ਆਪਾਂ ਦੇਖਦੇ ਹਾਂ ਅਮੂਲ ਕੰਪਨੀ ਤਾਂ ਉਸ ਦੇ ਜੋ ਹੈੱਡ ਹਨ ਠੀਕ ਹੈ ਉਹ ਆਰਐਸ ਸੋਡੀ ਹਨ ਅਤੇ ਹਾਲ ਹੀ ਦੇ ਵਿੱਚ ਅਮੂਲ ਅਤੇ ਜੋ ਪੀਟਾ ਕੰਪਨੀ ਹੈ ਠੀਕ ਹੈ ਪੀਟਾ ਜੋ ਐਨੀਮਲਸ ਦੇ ਹੱਕਾਂ ਲਈ ਬੋਲਦੀ ਹੈ ਠੀਕ ਹੈ ਤਾਂ ਉਸ ਵਿੱਚ ਕਾਫੀ ਬਵਾਦ ਵਿਵਾਦ ਚੱਲ ਰਿਹਾ ਹੈ ਠੀਕ ਹੈ ਕਰੰਟ ਟੌਪਿਕ ਹੈ ਅਮੂਲ ਵਰਸਸ ਪੀਟਾ ਤੁਸੀਂ ਇਸ ਨੂੰ ਸਰਚ ਵੀ ਕਰ ਸਕਦੇ ਹੋ ਕਾਫੀ ਵੀਡੀਓਜ਼ ਇਨਫੋਰਮੇਟਿਵ ਦੇ ਰਿਗਾਰਡਿੰਗ ਬਣੀ ਆਈਆਂ ਅਮੂਲ ਵਰਸਸ ਪੀਟਾ ਠੀਕ ਹੈ ਤਾਂ ਅਮੂਲ ਜੋ ਹੈ ਲਗਭਗ 50 ਲੱਖ ਲੋਕਾਂ ਨੂੰ ਠੀਕ ਹੈ ਡੇਰੀ ਫਾਰਮਰਸ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਜੀ ਇੰਡੀਆ ਦੇ ਵਿੱਚ ਅਤੇ ਇਸ ਦੇ ਜੋ ਹੈਡਕ quarters ਕਿੱਥੇ ਹਨ ਆਨੰਦ ਗੁਜਰਾਤ ਦੇ ਵਿੱਚ ਠੀਕ ਹੈ ਆਨੰਦ ਗੁਜਰਾਤ ਵਿੱਚ ਤਾਂ ਜੋ ਪਲਾਂਟ ਹੈ ਸਭ ਤੋਂ ਵੱਡਾ ਠੀਕ ਹੈ ਕਾਫੀ ਐਕਸਪੋਰਟ ਵੀ ਕਰਦਾ ਹੈ ਅਮੂਲ ਠੀਕ ਹੈ ਅਤੇ ਜੋ ਪੀਟਾ ਕਹਿੰਦਾ ਹੈ ਕਿ ਇਹ ਜੋ ਹੈ ਇਹ ਗਲਤ ਹੈ ਠੀਕ ਹੈ ਐਨੀਮਲ ਦੁੱਧ ਨਹੀਂ ਪੀਣਾ ਚਾਹੀਦਾ ਸਿਰ ਬਾਦਾਮਾਂ ਦਾ ਦੁੱਧ ਪੀਓ ਠੀਕ ਹੈ ਬਾਦਾਮ ਨੂੰ ਪੀਕੋ ਕੇ ਐਵੇਂ ਦੁੱਧ ਪੀਓ ਠੀਕ ਹੈ ਤਾਂ ਇਹ ਜੋ ਹੈ ਵੀਗਨਿਜ਼ਮ ਨੂੰ ਪ੍ਰੋਮੋਟ ਕਰਦਾ ਹੈ ਠੀਕ ਹੈ ਵੀਗਨਿਜ਼ਮ ਨੂੰ ਪ੍ਰੋਮੋਟ ਕਰਦਾ ਹੈ ਇਹ ਐਨੀਮਲ ਨੂੰ ਜਰਾ ਵੀ ਹਾਮ ਨਹੀਂ ਪਹਚਾਨ ਫਲੀ ਵਿਚਾਰਧਾਰਾ ਤੇ ਚੱਲਦਾ ਹੈ ਜੀ ਪੀਟਾ ਅਤੇ ਇਸ ਲਈ ਅਮੂਲ ਤੇ ਪੀਟਾ ਦਾ ਹਾਲ ਹੀ ਵਿੱਚ ਪੰਗਾ ਚੱਲ ਰਿਹਾ ਹੈ ਠੀਕ ਹੈ ਜੀ ਸੋ ਦੈਨ ਕਾਫੀ ਇੰਪੋਰਟੈਂਟ ਕੁਐਸਚਨ 2021 ਪੂਰੇ ਸਾਲ ਵਿੱਚ ਇਹ ਰਹਿਣ ਵਾਲਾ ਹੈ ਠੀਕ ਹੈ ਜੀ ਤਾਂ ਇੰਟਰਨੈਸ਼ਨਲ ਜੋ ਕਿ ਹੈ ਬੁੱਕਰ ਪ੍ਰਾਈਸ ਠੀਕ ਹੈ ਤਾਂ 2 ਜੂਨ ਨੂੰ ਦਿੱਤਾ ਗਿਆ 2021 ਨੂੰ ਤਾਂ ਆਪਾਂ ਦੱਸਣਾ ਹੈ ਕਿ ਇਸ ਨਾਲ ਕਿਸ ਨੂੰ ਅਵਾਰਡ ਕੀਤਾ ਗਿਆ 2021 ਦੀ ਕਿਹੜੀ ਬੁੱਕ ਬਣੀ ਹੈ ਤਾਂ ਬੁੱਕ ਦਾ ਨਾਮ ਹੈ ਜੀ ਐਟ ਨਾਈਟ 올 ਬਲੱਡ ਇਜ਼ ਬਲੈਕ ਠੀਕ ਹੈ ਐਟ ਨਾਈਟ 올 ਬਲੱਡ ਇਜ਼ ਬਲੈਕ ਤਾਂ ਇਹ ਜੋ ਬੁੱਕ ਹੈ ਕਿਸ ਦੀ ਹੈ ਜੀ ਡੇਵਿਡ ਡਾਇਓਪ ਠੀਕ ਹੈ ਫਰਾਂਸ ਦੇ ਲੇਖਕ ਹਨ ਡੇਵਿਡ ਡਾਇਓਪ ਠੀਕ ਹੈ ਤਾਂ ਇਹ ਜੋ ਬੁੱਕ ਹੈ ਇਸ ਨੂੰ ਮਿਲਿਆ ਹੈ ਜੀ 2021 ਦਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਠੀਕ ਹੈ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਅਤੇ 2020 ਦਾ ਜੋ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਦੀ ਗੱਲ ਕਰੀਏ ਤਾਂ ਇਸ ਨੂੰ ਮਿਲਿਆ ਸੀ ਜੋ ਡੱਚ ਲੇਖਕ ਸਨ ਠੀਕ ਹੈ ਮਾਰੀਕੇ ਲੁਕਾਸ ਰਿਜ਼ਨੇਵਲ ਠੀਕ ਹੈ ਮਾਰੀਕੇ ਲੁਕਾਸ ਰਿਜ਼ਨੇਵਲਟ ਇਹਨਾਂ ਨੂੰ ਮਿਲਿਆ ਹੈ ਜੀ ਡਿਸ ਇਹਨਾਂ ਦੀ ਜੋ ਬੁੱਕ ਸੀ ਦਾ ਡਿਸਕੰਫਰਟ ਆਫ ਦਾ ਈਵਨਿੰਗ ਦਾ ਡਿਸਕੰਫਰਟ ਆਫ ਦਾ ਈਵਨਿੰਗ ਇਨਾਂ ਨੂੰ ਮਿਲਿਆ ਜੀ 2020 ਦਾ ਠੀਕ ਹੈ ਅਤੇ 2021 ਦਾ ਮਿਲਿਆ ਜੀ ਐਟ ਨਾਈਟ 올 ਬਲੱਡ ਇਜ਼ ਬਲੈਕ ਤਾਂ ਇਹ ਤੁਸੀਂ ਬੁੱਕਸ ਨੂੰ ਨੋਟ ਕਰੋ ਠੀਕ ਹੈ ਫਿਰ THEN ਲੇਖਕ ਦਾ ਨਾਮ ਲਿਖੋ ਅਤੇ ਬੁਕਰ ਪ੍ਰਾਈਜ਼ 2021 ਵਾਲਾ ਲਿਖੋ ਠੀਕ ਹੈ ਤੇ 2020 ਦਾ ਵੀ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਬੁਕਰ ਪ੍ਰਾਈਜ਼ ਕਿਹਨੂੰ ਮਿਲਿਆ ਜੀ ਮਾਈਕਲ ਲੁਕਾਸ ਰੀਜ਼ਨੇਬਲਟ ਨੂੰ ਕਿਸ ਬੁੱਕ ਲਈ ਤਾਂ ਡਿਸਕੰਫਰਟ ਆਫ ਦਾ ਈਵਨਿੰਗ ਠੀਕ ਹੈ देन अपना थर्टी क्वेश्चन है कि वेयर विल द यूनाइटेड नेशन सस्टेनेबल ट्रांसपोर्ट कॉन्फ्रेंस बी है संयुक्त राष्ट्र की जो स्थाई आवाजाई कॉन्फ्रेंस कि आयोजित की जाएगी ता, ए आयोजित जाएगी जी चाइना ठीक है स्थाई आवाजाई कॉन्फ्रेंस आयोजित जाएगी जी चाइना दैन अपना थर्टी सैवंथ क्वेश्चन है कि विच स्टेट गोरमेंट हैज रीसेंटली मेड थर्टी थ्री परसेंट रिजर्वेशन फॉर गर्ल्स इन इंजीनियरिंग एंड मेडिकल कॉलेजेस ता इंजीनियरिंग ਅਤੇ ਮੈਡੀਕਲ ਕਾਲਜ ਵਿੱਚ ਔਰਤਾਂ ਨੂੰ ਠੀਕ ਹੈ 33% ਰਿਜ਼ਰਵੇਸ਼ਨ ਕਰਨ ਦਾ ਫੈਸਲਾ ਕਿਸ ਨੇ ਲਿਆ ਹੈ ਜੀ ਬਿਹਾਰ ਗਵਰਨਮੈਂਟ ਠੀਕ ਹੈ ਤਾਂ ਨਿਤੀਸ਼ ਕੁਮਾਰ ਬਿਹਾਰ ਦੇ ਸੀਐਮ ਹਨ ਠੀਕ ਹੈ ਪਟਨਾ ਰਾਜਧਾਨੀ ਹੈ ਅਤੇ ਬਿਹਾਰ ਗਵਰਨਮੈਂਟ ਨੇ ਰੀਸੈਂਟਲੀ ਫੈਸਲਾ ਲਿਆ ਹੈ ਕਿ 33% ਰਿਜ਼ਰਵੇਸ਼ਨ ਔਰ ਗਰਲਸ ਨੂੰ ਦਿੱਤੀ ਜਾਏਗੀ ਠੀਕ ਹੈ ਜੀ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਸ ਦੇ ਵਿੱਚ ਠੀਕ ਹੈ ਜੀ ਸੋ ਦੈਨ ਆਪਣਾ 38th ਕੁਐਸਚਨ ਹੈ ਕਿ who will host the G7 health minister ਜੀ ਜੋ ਮੀਟਿੰਗ ਹੋਏਗੀ ਉਸ ਨੂੰ ਕੌਣ ਹੋਸਟ ਕਰੇਗਾ ਤਾਂ G7 ਜੋ ਸਾਰੀਆਂ ਮੀਟਿੰਗਾਂ ਹੋ ਰਹੀਆਂ ਹਨ ਇਹ ਹੋ ਰਹੀਆਂ ਹਨ ਜੀ ਬ੍ਰਿਟੇਨ ਦੇ ਵਿੱਚ ਠੀਕ ਹੈ ਯੂਕੇ ਦੇ ਵਿੱਚ ਅਤੇ ਯੂਕੇ ਦੀ ਕੈਪੀਟਲ ਕੀ ਹੈ ਜੀ ਕੈਪੀਟਲ ਹੈ ਜੀ ਯੂਕੇ ਦੀ ਲੰਡਨ ਠੀਕ ਹੈ ਲੰਡਨ ਅਤੇ ਤੁਸੀਂ ਅੱਜ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਲੰਡਨ ਕਿਸ ਨਦੀ ਦੇ ਕਿਨਾਰੇ ਹੈ ਲੰਡਨ ਕਿਸ ਨਦੀ ਦੇ ਕਿਨਾਰੇ ਹੈ ਠੀਕ ਹੈ ਜੀ ਕਿਸ ਦੇ ਕਿਨਾਰੇ ਤੇ ਹੈ ਕਡਕ ਕਮੈਂਟ ਬਾਕਸ ਦਾ ਅੱਜ ਤੱਕ ਕੁਐਸਚਨ ਹੈ ਠੀਕ ਹੈ ਜੀ ਸੋ 39th ਕੁਐਸਚਨ ਹੈ ਆਪਣਾ ਤਾਂ ਰੀਸੈਂਟਲੀ ਜੋ ਹਸ਼ਮਤੁੱਲਾ ਸ਼ਾਹੀਦੀ ਹਨ ਠੀਕ ਹੈ ਤਾਂ ਇਹ ਜੋ ਹਨ ਅਫਗਾਨਿਸਤਾਨ ਦੇ ਇਹਨਾਂ ਨੂੰ ਕੀ ਬਣਾਇਆ ਗਿਆ ਹੈ ਜੀ ODI ਅਤੇ ਟੈਸਟ ਦਾ ਟੈਸਟ ਟੀਮ ਦਾ ਕੈਪਟਨ ਬਣਾਇਆ ਗਿਆ ਜੀ ਅਫਗਾਨਿਸਤਾਨ ਦਾ ਠੀਕ ਹੈ ਸੋ ਸਿੰਪਲੀ ਯਾਦ ਕਰ ਲੋ ਇਹਨਾਂ ਦਾ ਨਾਮ ਹਸ਼ਮਤੁੱਲਾ ਸ਼ਾਹੀਦੀ ਠੀਕ ਹੈ ਜੀ ਅਫਗਾਨਿਸਤਾਨ ਦੇ ਅਫਗਾਨਿਸਤਾਨ कैपिटल है जी काबुल कैपिटल की गल करिए है जी काबुल ठीक है एंड इसकी करंसी है जी अफगान अफगानी ठीक है करंसी है जी अफगान अफगानी ठीक है एंड जो अशरफ गनी हैं ठीक है अशरफ गनी ठीक है ता वो इस तो दे प्राइम मिनिस्टर हैं अशरफ गनी ठीक है जी दैन अपना फोर्टीएथ क्वेश्चन काफी इंपोर्टेंट क्वेश्चन है रिसेंटली हाउ मैनी मिलियन डॉलर लोन एग्रीमेंट हैज बिन ਸਾਈਨਡ ਵਿਦ ਦਾ ਵਰਲਡ ਬੈਂਕ ਫੋਰ ਦਾ ਨੈਸ਼ਨਲ ਨਿਊਟ੍ਰੀਸ਼ਨ ਪ੍ਰੋਗਰਾਮ ਤਾਂ ਜੋ ਰਾਸ਼ਟਰੀ ਪੋਸ਼ਣ ਅਭਿਆਨ ਹੈ ਠੀਕ ਹੈ ਉਸ ਲਈ ਸਰਕਾਰ 200 ਮਿਲੀਅਨ ਦਾ ਕਰਜ਼ਾ ਲਏਗੀ ਜੀ ਠੀਕ ਹੈ ਵਰਲਡ ਬੈਂਕ ਤੋਂ ਠੀਕ ਹੈ ਵਰਲਡ ਬੈਂਕ ਦੇ ਹੈੱਡਕੁਆਰਟਰਸ ਕਿੱਥੇ ਹਨ ਵਰਲਡ ਬੈਂਕ ਬਾਰੇ ਆਪਾਂ ਅਗਰ ਗੱਲ ਕਰੀਏ ਤਾਂ ਵਾਸ਼ਿੰਗਟਨ ਡੀਸੀ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਦੇ ਹੈੱਡਕੁਆਰਟਰਸ ਹਨ ਐਂਡ ਡੇਵਿਡ ਮਾਲਪਾਸ ਇਸ ਦੇ ਹੈੱਡ ਹਨ ਠੀਕ ਹੈ ਡੇਵਿਡ ਮਾਲਪਾਸ ਸਾ ਵਸ਼ਿੰਗਟਨ ਜੋ ਡੀਸੀ ਹੈ ਇਹ ਪੋਟਾਮੈਕ ਨਦੀ ਦੇ ਕਿਨਾਰੇ ਹੈ ਠੀਕ ਹੈ ਪੋਟਾਮੈਕ ਨਦੀ ਦੇ ਕਿਨਾਰੇ ਇਹ ਹੈ ਅਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਲੰਡਨ ਕਿਸ ਨਦੀ ਦੇ ਕਿਨਾਰੇ ਹੈ ਠੀਕ ਹੈ ਤਾਂ ਪੋਸ਼ਨ ਸਕੀਮ ਲਈ 200 ਮਿਲੀਅਨ ਡਾਲਰ ਲਏ ਗਏ ਹਨ ਠੀਕ ਹੈ ਅਤੇ ਪੋਸ਼ਨ ਸਕੀਮ ਕੀ ਹੈ ਇਸ ਬਾਰੇ ਪੜ੍ਹਦੇ ਹਾਂ ਤਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਮਾਰਚ 2018 ਵਿੱਚ ਠੀਕ ਹੈ ਡੇਟ ਤੁਸੀਂ ਯਾਦ ਰੱਖੋ ਪੋਸ਼ਨ ਸਕੀਮ ਦੀ ਠੀਕ ਹੈ ਐਂਟੀਟੀ ਦੇ ਰਿਗਾਰਡਿੰਗ ਕਾਫੀ ਇੰਪੋਰਟੈਂਟ ਹੈ ਮਾਰਚ 2018 ਵਿੱਚ ਪੋਸ਼ਨ ਸਕੀਮ ਲਾਂਚ ਕੀਤੀ ਠੀਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੱਥੋਂ ਸਟਾਰਟ ਹੋਈ ਸਤ ਚੁੰਜਨੂ Rajasthan ਤੋਂ ਸਟਾਰਟ ਹੋਈ ਜੀ ਪੋਸ਼ਨ ਸਕੀਮ ਠੀਕ ਹੈ ਮਾਰਚ 2018 ਚੁੰਜਨੂ Rajasthan ਤੋਂ ਠੀਕ ਹੈ ਅਤੇ ਜੋ ਪੋਸ਼ਨ ਸਕੀਮ ਹੈ ਇਸ ਦਾ ਮਤਲਬ ਕੀ ਹੈ ਇਸ ਦਾ ਮਕਸਦ ਕੀ ਹੈ ਇਸ ਦਾ ਮਕਸਦ ਹੈ ਜੀ ਸੰਪੂਰਨ ਵਿਕਾਸ ਠੀਕ ਹੈ ਹੋਲਿਸਟਿਕ ਡਵੈਲਪਮੈਂਟ ਠੀਕ ਹੈ ਓਵਰ ਆਲ ਵਿਕਾਸ ਠੀਕ ਹੈ ਹੋਲਿਸਟਿਕ ਡਵੈਲਪਮੈਂਟ ਅਤੇ ਜੋ ਪ੍ਰੋਪਰ ਨਿਊਟ੍ਰੀਸ਼ਨ ਦੇਣਾ ਠੀਕ ਹੈ ਪ੍ਰੈਗਨੈਂਟ ਔਮਨ ਨੂੰ ਅਤੇ ਬੱਚਿਆਂ ਨੂੰ ਠੀਕ ਹੈ ਪ੍ਰੋਪਰ ਨਿਊਟ੍ਰੀਸ਼ਨ ਦੇਣਾ ਅਤੇ ਉਹਨਾਂ ਦਾ ਸਰਵ ਵਿਆਪੀ ਸਾਰਾ ਪੱਕੀ ਵਿਕਾਸ ਕਰਨਾ ਇਹ ਹੈ ਜੀ ਜੋ ਪੋਸ਼ਨ ਸਕੀਮ ਦਾ ਮਕਸਦ ਠੀਕ ਹੈ ਜੀ ਮਾਰਚ 2018 ਵਿੱਚ ਪੋਸ਼ਣ ਸਕੀਮ ਲਾਂਚ ਹੋਈ ਠੀਕ ਹੈ ਅਤੇ ਚੁੰਜ ਨੂੰ ਗੁਜਰਾਤ ਰਾਜਸਥਾਨ ਤੋਂ ਲੋਚੀਕ ਠੀਕ ਹੈ ਸੋ ਕਾਫੀ ਇੰਪੋਰਟੈਂਟ ਕੁਐਸਚਨ ਵਧੀਆ ਕੁਐਸਚਨ ਹੈ ਜੀ ਆਪਣੇ ਲਈ ਵੀ ਤਾਂ ਹਾਊ ਮਚ ਦਾ ਵੈਲਿਡਿਟੀ ਆਫ ਟੈਟ ਸਰਟੀਫਿਕੇਟ ਹੈਸ ਬੀਨ ਇਨਕਰੀਸਡ ਬਾਈ ਦਾ ਸੈਂਟਰਲ ਗਵਰਨਮੈਂਟ ਤਾਂ ਜੋ ਟੀਈਟੀ ਦਾ ਟੀਚਰਸ ਐਲੀਜੀਬਿਲਿਟੀ ਟੈਸਟ ਦਾ ਸਰਟੀਫਿਕੇਟ ਜੋ ਸੈਂਟਰਲ ਗਵਰਨਮੈਂਟ ਠੀਕ ਹੈ ਜੋ ਸੀਬੀਐਸਸੀ ਲੈਂਦਾ ਸੀ ਠੀਕ ਹੈ ਜੀ ਆਪਣਾ ਸੀਟੈਟ ਤਾਂ CBSE ਨੇ TET ਦਾ ਜੋ ਸਰਟੀਫਿਕੇਟ ਹੈ ਇਸ ਨੂੰ ਹੁਣ 6 ਸਾਲ ਤੋਂ ਵਧਾ ਕੇ ਜੀ ਲਾਈਫਟਾਈਮ ਕਰ ਦਿੱਤਾ ਠੀਕ ਹੈ ਜੀ ਲਾਈਫਟਾਈਮ ਹੋ ਗਿਆ ਹੈ ਜੀ ਠੀਕ ਹੈ ਤਾਂ 2011 ਤੋਂ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਉਹਨਾਂ ਦਾ ਹੁਣ ਜੋ ਸਰਟੀਫਿਕੇਟ ਉਹਨਾਂ ਕੋਲ ਹੈ ਉਹ ਹੋ ਗਿਆ ਹੈ ਜੀ ਲਾਈਫਟਾਈਮ ਠੀਕ ਹੈ ਠੀਕ ਹੈ ਤਾਂ TET ਪਾਸ ਕਰੋ ਅਤੇ ਲਾਈਫਟਾਈਮ ਲਈ ਤੁਹਾਨੂੰ ਸਰਟੀਫਿਕੇਟ ਠੀਕ ਹੈ ਲਾਈਫਟਾਈਮ ਲਈ ਟੀਚਰ ਐਲੀਜੀਬਿਲਿਟੀ ਟੈਸਟ ਪਾਸ ਕਰ ਲੈਣਾ ਠੀਕ ਹੈ ਜੀ ਸੋ ਅੱਜ ਦਾ ਆਪਣਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵਾਲਾ ਤਾਂ ਵਾਟ ਇਜ਼ ਦਾ ਨੇਮ ਆਫ ਆਨਲਾਈਨ ਫਿਲਮ ਫੈਸਟੀਵਲ ਵਿਚ ਵਾਸ ਆਰਗੇਨਾਈਜ਼ਡ ਓਨ এনवायरमेंट डे ਐਨवायरमेंट ਡੇ ਸਭ ਆਪਾਂ ਜਾਣਦੇ ਹਾਂ ਕਿ 5 ਜੂਨ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਤਾਂ এনवायरमेंट ਡੇ ਦਾ ਜੋ ਇੱਕ ਇਸ ਯੂਨਾਈਟਿਡ ਨੇਸ਼ਨ ਨੇ ਇੱਕ ਫਿਲਮ ਫੈਸਟੀਵਲ ਰੱਖਿਆ ਸੀ ਤਾਂ ਕਿ ਜੋ ਫਿਲਮ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਇਸ ਦਾ ਨਾਮ ਕੀ ਹੈ ਜੀ ਓਐਸਿਸ ਆਫ ਹੋਪ ਠੀਕ ਹੈ ਓਐਸਿਸ ਆਫ ਹੋਪ ਠੀਕ ਹੈ ਫਿਲਮ ਫੈਸਟੀਵਲ ਦਾ ਕੀ ਨਾਮ ਸੀ ਓਐਸਿਸ ਆਫ ਹੋਪ ਅਤੇ ਜੋ ਥੀਮ ਹੈ ਆਪਣੇ ਇਸ ਵਾਤਾਵਰਨ ਦਿਵਸ ਦੀ ਠੀਕ ਹੈ 5 ਜੂਨ ਜੋ ਆਪਣਾ ਵਾਤਾਵਰਨ ਦਿਵਸ ਹੈ ਠੀਕ ਇਸ ਦੀ ਥੀਮ ਹੈ ਜੀ ਰੀ ਇਮੇਜਿਨ ਰੀਕ੍ਰੀਏਟ ਐਂਡ ਰੀਸਟੋਰ ਤਾਂ ਸਭ ਤੋਂ ਇੰਪੋਰਟੈਂਟ ਕੁਐਸਚਨ ਕਹਿ ਸਕਦੇ ਹਾਂ ਠੀਕ ਹੈ ਵਾਤਾਵਰਨ ਦਿਵਸ ਦੀ ਥੀਮ ਠੀਕ ਹੈ 2021 ਦੀ ਰੀ ਇਮੇਜਿਨ ਰੀਕ੍ਰੀਏਟ ਐਂਡ ਰੀਸਟੋਰ ਠੀਕ ਹੈ ਜੀ ਤਾਂ ਯਾਦ ਰੱਖ ਸੋ ਆਪਨਾ ਅੱਜ ਦਾ ਲਾਸਟ ਕੁਐਸਚਨ ਅਤੇ ਕਾਫੀ ਇੰਪੋਰਟੈਂਟ ਕੁਐਸਚਨ ਇਹ ਵੀ ਰਹਿਣ ਵਾਲਾ ਹੈ ਤਾਂ ਵਰਲਡ ਮਿਲਕ ਡੇ ਇਜ਼ ਸੈਲੀਬ੍ਰੇਟਡ ਔਨ ਠੀਕ ਹੈ ਵਿਸ਼ਵ ਦੁੱਧ ਦਿਵਸ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਜੀ ਤਾਂ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਵਿਸ਼ਵ ਦੁੱਧ ਦਿਵਸ ਜੋ ਹੈ ਇਹ ਮਨਾਇਆ ਜਾਂਦਾ ਹੈ ਜੀ 1 ਜੂਨ ਨੂੰ ਤਾਂ ਦੁੱਧ ਪੀ ਕੇ ਆਪਨੇ ਵਿੱਚ ਕੀ ਆਉਂਦਾ ਹੈ ਜੀ ਜੋਸ਼ ਤਾਂ ਜੂਨ ਵਿੱਚ ਮਨਾਇਆ ਜਾਂਦਾ ਹੈ ਜੀ ਦੁੱਧ ਦਿਵਸ ਠੀਕ ਹੈ 1 ਜੂਨ ਨੂੰ ਮਨਾਇਆ ਜਾਂਦਾ ਹੈ ਜੀ ਦੁੱਧ ਦਿਵਸ ਤੇ ਇਹ ਹੈ ਜੀ ਅੰਤਰਰਾਸ਼ਟਰੀ ਦੁੱਧ ਦਿਵਸ ਦੀ ਇੱਥੇ ਆਪਾਂ ਗੱਲ ਕਰ ਰਹੇ ਹਾਂ ਉਹ ਮਨਾਇਆ ਜਾ ਰਿਹਾ ਹੈ ਜੀ 1 ਜੂਨ ਠੀਕ ਹੈ ਤੇ ਆਪਾਂ ਅਗਰ ਰਾਸ਼ਟਰੀ ਦੁੱਧ ਦਿਵਸ ਦੀ ਗੱਲ ਕਰੀਏ ਤਾਂ ਉਹ ਮਨਾਇਆ ਜਾਂਦਾ ਹੈ ਜੀ 26 ਠੀਕ ਹੈ ਅੰਤਰਰਾਸ਼ਟਰੀ ਦੁੱਧ ਦਿਵਸ 1 ਜੂਨ ਮਨਾਇਆ ਜਾਂਦਾ ਤੇ ਨੈਸ਼ਨਲ ਮਿਲਕ ਡੇ ਮਨਾਇਆ ਜਾਂਦਾ ਹੈ ਜੀ 26 ਨਵੰਬਰ ਨੂੰ ਠੀਕ ਹੈ 26 ਨਵੰਬਰ ਨੂੰ ਨੈਸ਼ਨਲ ਮਿਲਕ ਡੇ ਮਨਾਇਆ ਜਾਂਦਾ ਹੈ ਕਾਂ ਜੋ ਵਰਗਿਸ ਕੁਰੀਅਨ ਹਨ ਠੀਕ ਹੈ ਉਹਨਾਂ ਦਾ ਬਰਥਡੇ ਸੀਗਾ ਜੀ 26 ਨਵੰਬਰ ਨੂੰ ਉਹਨਾਂ ਦੀ ਯਾਦ ਵਿੱਚ ਇਹ ਮਿਲਕਡੇ ਮਨਾਇਆ ਜਾਂਦਾ ਹੈ ਜੀ ਉਹਨਾਂ ਦਾ ਬਰਥਡੇ ਹੁੰਦਾ ਹੈ ਜੀ 26 ਨਵੰਬਰ ਨੂੰ ਸੋ ਉਸ ਦੇ ਤਹਿਤ ਹੀ ਆਪਾਂ ਨੈਸ਼ਨਲ ਮਿਲਕਡੇ ਦਾ ਨੇਹਾ ਤਾਂ ਤੁਹਾਨੂੰ ਵਰਲਡ ਮਿਲਕਡੇ ਹੈ ਠੀਕ ਹੈ ਇਸ ਨੂੰ ਕੌਣ ਮਨਾਉਂਦਾ ਹੈ ਇਸ ਨੂੰ ਮਨਾਉਂਦਾ ਹੈ ਜੀ FAO ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਠੀਕ ਹੈ FAO ਦੀ ਸਥਾਪਨਾ ਹੋਈ ਸੀ ਜੀ 1945 ਵਿੱਚ ਠੀਕ ਹੈ ਅਤੇ ਰੋਮ ਇਟਲੀ ਵਿੱਚ ਇਸ ਦੇ ਜੋ ਹੈੱਡ ਕੁਆਟਰਸ ਆਪਾਂ ਨੂੰ ਮਿਲਦੇ ਹਨ ਠੀਕ ਹੈ FAO ਨੇ ਰੀਸੈਂਟਲੀ ਖਾਧਿਆ ਪੁਰਸਕਾਰ ਲਈ 2021 ਦਾ ਅਵਾਰਡ ਵੀ ਦਿੱਤਾ ਸੀ ਫੂਡ ਅਵਾਰਡ ਕਿਸ ਨੂੰ ਮਿਲਿਆ ਜੀ ਸ਼ਕੁੰਤਲਾ ਹਰੀਕੇਸ਼ ਸਿੰਘ ਨੂੰ ਠੀਕ ਹੈ ਉਹ ਵੀ ਤੁਸੀਂ ਤੁਹਾਨੂੰ ਪਤਾ ਹੀ ਆਪਾਂ ਪਿਛਲੇ ਕਰੰਟ ਅਫੇਅਰਸ ਕਵਰ ਕੀਤਾ ਹੈ ਤਾਂ ਜੋ ਵਰਗੀਸ ਕੁਰੀਨ ਹਨ ਠੀਕ ਹੈ ਤਾਂ ਉਹਨਾਂ ਦਾ ਬਰਥ ਜੋ ਐਸੀ 26 ਨਵੰਬਰ 1921 ਤੋਂ 9 ਸਤੰਬਰ 2012 ਠੀਕ ਹੈ ਤਾਂ ਇਹਨਾਂ ਦਾ ਜੋ ਬਰਥਡੇ ਹੈ ਇਨਾ ਦਾ ਬਰਥ ਦਿ ਆਪਾ ਮਨਾਉਂਦੇ ਹਾਂ ਜੀ ਨੈਸ਼ਨਲ ਮਿਲਕ ਡੇ ਅਤੇ ਜੋ ਵਾਈਟ ਰੈਵੋਲੂਸ਼ਨ ਹੈ ਠੀਕ ਹੈ ਉਹ ਵਾਈਟ ਰੈਵੋਲੂਸ਼ਨ ਦਾ ਇਸ ਨੂੰ ਆਪਾਂ ਕਹਿ ਦਿੰਨੇ ਆਪਰੇਸ਼ਨ ਫਲਟ ਤਾਂ ਇਸ ਦੇ ਤਹਿਤ ਜੋ ਭਾਰਤ ਵਿੱਚ ਦੁੱਧ ਦਾ ਧੁੱਧ ਦੀ ਕ੍ਰਾਂਤੀ ਹੋ ਗਈ ਸੀ ਠੀਕ ਹੈ ਤਾਂ ਇਹਨਾਂ ਦਾ ਸ਼ਰੇਹ ਦਿੱਤਾ ਜਾਂਦਾ ਹੈ ਜੀ ਵਰਗੀਸ ਕੁਰੀਜਨ ਠੀਕ ਹੈ ਤਾਂ ਇਸ ਵਰਦੀ ਜੋ ਦੁੱਧ ਦਿਵਸ ਹੈ ਇਸ ਦੀ ਥੀਮ ਕੀ ਹੈ ਜੀ ਸਸਟੇਨੈਬਿਲਟੀ ਇਜ਼ ਡੇਰੀ ਸੈਕਟਰ ਠੀਕ ਹੈ ਸਸਟੇਨੈਬਿਲਟੀ ਇਜ਼ ਡੇਰੀ ਸੈਕਟਰ ਠੀਕ ਹੈ ਤੇ ਸਾਨੂੰ ਪਤਾ ਹੈ ਕਿ ਅਮੂਲ ਜੋ ਕੰਪਨੀ ਹੈ ਇਸਦੇ ਆਪਾਂ ਦੇਖਿਆ ਸੀ ਆਨੰਦ ਗੁਜਰਾਤ ਵਿੱਚ ਇਸਦੇ ਹੈਡਕੁਆਟਰ ਹੈ ਤੇ ਸਭ ਤੋਂ ਵਧੀਆ ਕੰਪਨੀ ਹੈ ਜੀ ਆਪਣੇ ਸਭ ਤੋਂ ਵੱਡੀ ਦੁੱਧ ਉਤਪਾਦਨ ਦੇ ਵਿੱਚ ਠੀਕ ਹੈ ਇੰਡੀਆ ਵਿੱਚ ਉਹ ਕੁਝ ਫੈਕਟਸ ਬਾਰੇ ਆਪਾਂ ਡਿਸਕਸ ਕਰ ਲੈਣੇ ਹਾਂ ਜਾਂਦੇ ਹੋਏ ਕਾਇਨਾ ਬਾਰੇ ਆਪਾਂ ਲਿਖਦੇ ਹਾਂ ਜੀ ਇਹ ਜੋ ਇੰਪੋਰਟੈਂਟ ਸਕੀਮਸ ਹਨ ਠੀਕ ਹੈ ਅੰਕੁਰ ਸਕੀਮ ਕਿੱਥੇ ਹੈ ਜੀ ਮੱਧ ਪ੍ਰਦੇਸ਼ ਵਿੱਚ ਹੈ ਪੌਦਾ ਲਗਾਉਣ ਵਾਲੀ ਸਕੀਮ ਹੈ ਠੀਕ ਹੈ ਕਿਰਨ ਜੀਵੀ ਯੋਜਨਾ ਇਹ ਹੈ ਜੀ ਰਾਜਸਥਾਨ ਦੇ ਵਿੱਚ ਠੀਕ ਹੈ ਮਹਿਤਾਰੀ ਦੁਲਾਰ ਇਹ ਤੁਸੀਂ ਅੱਜ ਮੈਨੂੰ ਦੱਸਣਾ ਹੈ ਜੀ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਮਹਿਤਾਰੀ ਦੁਲਾਰ ਤੁਸੀਂ ਜੀ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਤਾਂ ਦੋ ਕੁਐਸਚਨਸ ਹਨ ਆਪਣੇ ਐਂਡ ਮਿਸ਼ਨ ਹੌਸਲਾ ਇਹ ਉਤਰਾਖੰਡ ਪੁਲਿਸ ਨੇ ਲਾਂਚ ਕੀਤਾ ਹੈ ਠੀਕ ਹੈ ਬਾਕੀ ਜੋ ਕੋਵਿਡ 19 ਦੇ ਮਰੀਜ਼ ਹਨ ਉਹਨਾਂ ਨੂੰ ਕਰੇ ਹੀ ਠੀਕ ਹੈ ਆਈਸੋਲੇਟ ਨੂੰ ਤਾਂ ਇਹਨਾਂ ਦਿੱਤੀਆਂ ਜਾ ਸਕਣ ਤਾਂ ਇਸ ਤਰ੍ਹਾਂ ਦੀ ਸਕੀਮ ਹੈ ਜੀ ਪੰਜਾਬ ਦੀ ਕੋਵਿਡ ਫਤਿਹ ਤਾਂ ਕੋਵਿਡ ਫਤਿਹ ਕਿਸ ਦਾ ਪਾਠ ਹੈ ਕਰੋਨਾ ਮੁਕਤ ਪਿੰਡ ਤਾਂ ਪੰਜਾਬ ਦੀ ਜੋ ਸਕੀਮ ਹੈ ਉਹ ਹੈ ਜੀ ਕਰੋਨਾ ਮੁਕਤ ਪਿੰਡ ਅਤੇ ਜੋ ਕਰੋਨਾ ਮੁਕਤ ਪਿੰਡ ਪੂਰਾ ਵੈਕਸੀਨੇਸ਼ਨ ਲਵਾ ਲਏਗਾ ਠੀਕ ਹੈ ਜੀ ਜਿਹੜਾ ਪਿੰਡ ਪੂਰਾ ਪੂਰੀ ਤਰ੍ਹਾਂ ਵੈਕਸੀਨੇਟ ਹੋ ਜਾਏਗਾ ਤਾਂ ਪੰਜਾਬ ਸਰਕਾਰ ਉਸ ਨੂੰ 10 ਲੱਖ ਰੁਪਏ ਦੀ ਗ੍ਰਾਂਟ ਵੀ ਦੇਗੀ ਠੀਕ ਹੈ ਜੀ ਦੈਨ 올림픽ਸ ਨਾਲ ਰਿਲੇਟਡ ਕੁਝ ਕੁਐਸਚਨਸ ਕਰ ਲੈਣੇ ਹਾਂ ਆਪਾਂ ਤਾਂ ਜੋ ਪਹਿਲਾ ਗਰਮੀਆਂ ਦਾ ਓਲੰਪਿਕਸ ਜੋ ਫਸਟ ਓਲੰਪਿਕਸ ਖੇਡਿਆ ਗਿਆ ਜੀ ਐਥੇਨਸ ਗਰੀਕਸ ਦੇ ਵਿੱਚ ਠੀਕ ਹੈ ਐਥੇਨਸ ਗਰੀਸ ਦੇ ਵਿੱਚ ਅਠਾਰਾਂ ਸੌ ਛਿਆਨਵੇਂ ਵਿੱਚ ਫਸਟ ਓਲੰਪਿਕ ਸੀ ਠੀਕ ਹੈ ਇਕੱਤੀਵਾਂ ਓਲੰਪਿਕ ਸੀ ਰੀਓ ਵਿੱਚ ਠੀਕ ਹੈ ਤੇ ਜਿੱਥੇ ਸਿਲਵਰ ਪਦਲ ਜਿੱਤਿਆ ਜੀ ਠੀਕ ਹੈ ਐਂਡ ਬੱਤੀਵਾਂ ਜੋ ਓਲੰਪਿਕ ਸੀ ਉਹ ਆਪਣਾ ਟੋਕੀਓ ਦੇ ਵਿੱਚ ਹੋਏਗਾ ਠੀਕ ਹੈ। ਐਂਡ ਤੋਂ ਤੇਤੀ ਮਾਂ 올림픽 ਜੋ ਆਪਣਾ ਆਉਣ ਵਾਲਾ ਹੈ ਠੀਕ ਹੈ ਉਹ ਹੋਏਗਾ ਜੀ ਪੈਰਿਸ ਦੇ ਵਿੱਚ ਠੀਕ ਹੈ 2024 ਦੇ ਵਿੱਚ ਅਚ 2028 ਵਾਲਾ 올림픽 ਹੋਏਗਾ ਇਹ ਹੋਏਗਾ ਜੀ ਆਪਣਾ ਲਾਸ ਐਂਜਲਿਸ ਦੇ ਵਿੱਚ ਯਾਨੀ ਯੂ ਐਸ ਏ ਦੇ ਵਿੱਚ ਤਾਂ 2028 ਦਾ ਜੋ 올림픽 ਹੈ ਇਸ ਵਿੱਚ ਆਪਣੀ ਜੋ ਕ੍ਰਿਕਟ ਟੀਮ ਵੀ ਹੈ ਇਹ ਵੀ ਪਾਰਟਿਸਪੇਟ ਕਰੇਗੀ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਹਾਂ ਸੋ ਦੋ ਕੁਐਸਚਨਸ ਤੁਹਾਡੇ ਲਈ ਹਨ ਠੀਕ ਹੈ ਲਿਖਤਾ ਤੁਸੀਂ ਦੱਸਣਾ ਹੈ ਕਿ ਮੈਤਾਰੀ ਦੁਲਾਰ ਕਿਨ ਠੀਕ ਹੈ ਇਹ ਕਿਸ ਸਰਕਾਰ ਦੀ ਹੈ ਠੀਕ ਹੈ ਐਂਡ ਜੋ ਲੰਡਨ ਹੈ ਉਹ ਕਿਸ ਨਦੀ ਦੇ ਕਿਨਾਰੇ ਤੇ ਹੈ ਠੀਕ ਹੈ ਜੀ ਸੋ ਦੋ ਕੁਐਸ਼ਨਸ ਤੁਹਾਡੇ ਲਈ ਹਨ ਠੀਕ ਹੈ ਤਾਂ ਜੋ ਪੀਵੀ ਸਿੰਧੂ ਨੂੰ ਠੀਕ ਹੈ ਪੀਵੀ ਸਿੰਧੂ ਨੂੰ ਮਿਲਿਆ ਸੀ ਜੀ ਸਿਲਵਰ ਇੱਥੇ ਕਿੱਥੇ ਜੀ ਟਾਰੀਓ 올림픽ਸ ਵਿੱਚ 2016 ਵਿੱਚ ਪੀਵੀ ਸਿੰਧੂ ਸਿਲਵਰ ਮਿਲਿਆ ਤਾਂ ਉਸ ਤੋਂ ਬਾਅਦ ਪੀਵੀ ਕਿ ਕਹਿਣ ਜਾਂ ਕਿਹਾ ਜਾਣ ਲੱਗਿਆ ਸਿਲਵਰ ਗਰਲ ਠੀਕ ਹੈ ਐਂਟੀਟੀ 393 ਪ੍ਰਤੀ ਦੇ ਪੇਡ ਕੋਰਸ ਚੱਲ ਰਹੇ ਹਨ ਠੀਕ ਹੈ ਅਤੇ ਪੀਡੀਐਫ ਵਾਲੀ ਵੀ ਇੱਕ ਨਵਾਂ ਫੈਸਿਲਿਟੀ ਤੁਹਾਡੇ ਲਈ ਲਾਂਚ ਕੀਤੀ ਗਈ ਹੈ ਤੁਸੀਂ ਕੱਲੇ ਪੀਡੀਐਫ ਵੀ 10 ਦੇ ਪਲੱਸ ਸਬਜੈਕਟਸ ਦੇ ਅਵੇਲ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਜੋ ਪੀਡੀਐਫ ਹੈ ਤੁਹਾਨੂੰ ਜਲਦੀ ਤੋਂ ਜਲਦੀ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਤੁਸੀਂ ਸਿੰਪਲੀ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਠੀਕ ਹੈ ਅਤੇ ਸਾਨੂੰ ਕੋਈ ਵੀ ਅਪਡੇਟ ਹੋਵੇ ਉੱਥੇ ਤੁਹਾਨੂੰ ਸਭ ਤੋਂ ਪਹਿਲੇ ਦਿੱਤੀ ਜਾਏਗੀ ਠੀਕ ਹੈ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਟੈਟ ਬਜ਼ਰ ਨੂੰ ਅਤੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਠੀਕ ਹੈ ਫੇਸਬੁਕ ਪੇਜ ਨੂੰ ਲਾਈਕ ਕਰਕੇ ਤੁਸੀਂ ਰੱਖ ਸਕਦੇ ਹੋ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਐਂਡ ਇਸ ਵੀਡੀਓ ਨੂੰ ਫਰੈਂਡਸ ਤੱਕ ਜਰੂਰ ਸ਼ੇਅਰ ਕਰਿਓ ਠੀਕ ਹੈ ਸੋ ਥੈਂਕ ਯੂ ਫॉर ਲਿਸਨਿੰਗ ਗੋਡ ਬlesਸ ਯੂ 올